ਓ ਰੁਕ, ਕਿੱਥੇ ਚੱਲੀਆਂ ਦੁਪਹਿਰੇ ਦੁਪਹਿਰੇ? ਮੈਂ ਜਿੱਥੇ ਮਰਜ਼ੀ ਜਾਵਾਂ, ਤੂੰ ਹੈ ਕੌਣ ਮੈਨੂੰ ਪੁੱਛਣ ਵਾਲਾ? ਉਹ ਮੈਂ ਤਾਂ ਐਂ ਕਹਿੰਦਾ ਮਹਾਂ ਦੋ ਘੜੀ ਬਹਿ ਜਾਂਦੀ, ਠੰਡਾ ਠੰਡਾ ਪਾਣੀ ਪੀ ਜਾਂਦੀ ਨਾ। ਤੂੰ ਮੇਰਾ ਲੱਗਦਾ ਕੀ ਆ ਵੀ ਮੈਂ ਤੇਰੇ ਲਵੇ ਬੈਠੂ? ਸ਼ਰਮ ਕਰ ਲਾ ਮਾੜੀ ਮੋਟੀ, ਤੇਰੇ ਵਰਗੇ ਬੀਸੀਓ ਤੁਰੇ ਫਿਰਦੇ ਨੇ ਵੀਆਂ 'ਚ। ਓਏ ਲੱਗਦਾ ਨਹੀਂ ਜੇ, ਲੱਗਣ ਲੱਗ ਜੂ ਆ ਇਹ ਵੀ ਕੋਈ ਵੱਡੀ ਗੱਲ ਹੈ? ਤੂੰ ਹੋਰ ਨਾ ਮੈਥੋਂ ਛੱਤਰ ਖਾ ਲਈ, ਚੁੱਪ ਕਰਕੇ ਤੁਰ ਜਾ ਨਹੀਂ ਜੁੱਤੀ ਕੱਢ ਲੂੰ ਮੈਂ। ਓਏ ਛੱਤਰ ਤਾਂ ਦੁਨੀਆ ਮਾਰਦੀ ਹੈ, ਕੋਈ ਹੋਰ ਚਜਰੀ ਚੀਜ਼ ਖਵਾ ਦੇ ਨਾ। ਤੇਰੇ ਵਰਗੇ ਵੇਲਿਆਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ, ਘਰੇ ਤਾਂ ਸੋਤੋਂ ਕੰਮ ਹੁੰਦੇ ਨਹੀਂ, ਬਾਹਰ ਬਹਿ ਜਾਂਦੇ ਉਰੇ ਤੀਵੀਆਂ ਛੇੜਨ, ਇਹੀ ਕੰਮ ਰਹਿ ਗਿਆ, ਘਰ ਦੇ ਕੰਮ ਕਰ ਲਿਆ ਕਰੋ। 10 ਕਿੱਲੇ ਆਉਂਦੇ ਨੇ ਜ਼ਮੀਨ ਦੇ, ਜੇ ਹੁਣ ਵੀ ਕੰਮ ਕਰਾਂਗੇ ਫਿਰ ਤਾਂ ਦੇ ਦਾਲ 'ਚ ਪਾਣੀ, ਹੋਰ ਨਾ ਠੇਕੇ 'ਤੇ ਦੇ ਕੇ ਵਿਹਲੇ ਹਾਂ, ਬਸ ਅੱਖਾਂ ਸਿੱਕਣ ਦੇ। 10 ਕਿੱਲੇ ਆਉਂਦੇ ਨੇ ਘਰੇ ਬਹਿ ਜਾ, ਤੀਵੀਆਂ ਛੇੜਦੀਆਂ ਨੇ ਫਿਰ 10 ਕਿੱਲਿਆਂ ਦੇ ਸਿਰ ਤੇ, ਉਹ ਤਾਂ ਮਿੰਟ 'ਚ ਵਿਕ ਜਾਣਗੇ ਜਦੋਂ ਕਿਸੇ ਨੇ ਕੇਸ ਕਰਤਾ ਉੱਪਰ, ਮਾਰਦਾ ਭਖਾਈ। ਓਏ ਕੇਸ ਵਾਲੇ ਵੀ ਆਪਣੀ ਨੇ, ਕੇਸ ਵਾਲੇ ਕਿਹੜਾ ਬਗਾਨੇ ਨੇ, ਹੁਣ ਤਾਂ ਜਾਣਾ ਇੱਥੋਂ ਕਿ ਛੱਤਰ ਖਾਣੇ ਨੇਗੇ। ਓਏ ਕੁਛ ਤਾਂ ਸੇਵਾ ਕਰਾ ਕੇ ਜਾਵਾਂਗੇ, ਤੂੰ ਤਾਂ ਹੀ ਕਰਾਂਗੇ। ਆ ਕੀ ਕਰਦਾ ਤੂੰ? ਉਹ ਕੁਛ ਨਹੀਂ, ਮੈਂ ਤਾਂ ਤੇਰੇ ਹੱਥ ਦੀਆਂ ਲਕੀਰਾਂ ਪੜਨਾ ਵੀ ਤੇਰੀ ਕਿਸਮਤ 'ਚ ਕੀ ਲਿਖਿਆ। ਮੈਂ ਤੈਨੂੰ ਬਾਰ ਬਾਰ ਕਹੀ ਜਾਂਦੀ ਹਾਂ ਲੰਘ ਜਾਣ ਦੇ ਮੈਨੂੰ, ਚੁੱਪ ਕਰਕੇ ਤੁਰ ਜਾ ਇੱਥੋਂ। ਓਏ ਮੈਂ ਕਿਹੜਾ ਫਾਟਕ ਲਾਇਆ, ਮੈਂ ਤਾਂ ਕਿਹਾ ਚੱਲ ਦੋ ਗੱਲਾਂ ਕਰ ਲੈਣਾ ਖੜੇ ਖੜੇ, ਤੂੰ ਰੋਜ਼ ਲੰਘਦੀ ਹੈ, ਮੈਂ ਚੱਲ ਅੱਜ ਮਾੜਾ ਜਿਹਾ ਪੁੱਛ ਹੀ ਲਈਏ। ਤੇਰੇ ਵਰਗਿਆਂ ਦੇ ਕਿਹੜਾ ਮੂੰਹ ਲੱਗੇ, ਮੇਰੀ ਜਾਣਾ ਠੀਕ ਰਹੂਗਾ? ਉਹ ਖੜਤਾ ਜਾ ਤੂੰ, ਛੱਡ ਵਿਰਾਤ, ਸ਼ਰਮ ਕਰ ਲੈ ਕੀ ਹੈ ਹੈ। ਮੈਂ ਕਹੀ ਜਾਂਦੀ ਹਾਂ ਹਟ ਜਾ ਜਾ ਲੈਣ ਦੇ ਮੈਨੂੰ, ਸੁਣਦੇ ਹੀ ਨਹੀਂ ਹੈਗਾ। ਗੁੱਸਾ ਨਹੀਂ ਦੇਖਿਆ ਤੇਰੇ ਨਾਲ ਬਣਦਾ ਕੀ ਹੈ? ਛੱਡ ਮੈਨੂੰ ਕੁੱਤਿਆ, ਛੱਡ ਮੈਨੂੰ, ਉਹ ਕੱਠੇ ਜਾਏਂਗੀ ਚਿਤਲੀਏ, ਜਾ ਛੱਡ ਜਾਏਂਗੀ, ਛੱਡ ਦੇ ਹੁਣ, ਛੱਡ ਦੇ ਮੈਨੂੰ, ਛੱਡ ਮੈਨੂੰ, ਛੱਡ ਦੇ, ਜਾ ਦੇ ਮੱਛਰ ਦੀਆਂ। ਮੈਂ ਵੀ ਪਾਗਲ ਆ, ਜਿਹੜਾ ਦਿਨ ਹੀ ਸੁਪਨੇ ਦੇਖੀ ਜਾਂਦਾ। ਹਾਏ ਓਏ ਪਿਆਰ ਤਾਂ ਉਹਨੂੰ ਮੈਂ ਬਹੁਤ ਕਰਦਾ ਸੀ, ਪਰ ਜੱਸਾ ਵਿਆਹ ਕੇ ਲੈ ਗਿਆ ਸਾਲਾ, ਸੋਹਣੀ ਬਹੁਤ ਹੈ। ਚੱਲ ਦੇਖਦਾ ਝੱਟ, ਪਤਾ ਨਹੀਂ ਮੇਰੇ ਨਾਲ ਸਾਲੀ ਫਸੂਗੀ ਕਿ ਨਾ ਫਸੂਗੀ, ਪਰ ਟਰਾਈ ਮਾਰਨ 'ਚ ਤਾਂ ਕੋਈ ਹਰਜ ਨਹੀਂ ਆ। ਜੱਸਿਆ ਕੰਮ ਗਲਤ ਕਰ ਲਿਆ ਪੁੱਤ ਤੈਨੇ। ਬਸ ਠੀਕ ਹੈ, ਚਲੋ ਆ ਜੂੰਗਾ ਜੀ, ਆ ਜੂੰਗਾ, ਠੀਕ ਹੈ, ਓਕੇ। ਲੈ ਇਹਦਾ ਵੀ ਔਖਾ ਹੀ ਹੈ। ਆ ਲਓ ਜੀ ਪਾਣੀ। ਉਹ ਕਿਹਦੇ ਨਾਲ ਗੱਲ ਕਰ ਰਹੇ ਤੇ? ਕੁਛ ਨਹੀਂ ਨਿੰਮੋ, ਬਾਬੂ ਦਾ ਫੋਨ ਆਇਆ ਸੀ। ਹਾਂਜੀ ਕੀ ਕਹਿੰਦਾ ਤੀ? ਕਹਿੰਦਾ ਤਾਂ ਕੀ ਤੀ, ਕਹਿੰਦਾ ਗੱਡੀ ਭਰ ਗਈ, ਚੱਕਰ ਲਾਇਆ ਕਲਕੱਤੇ ਦਾ। ਚੱਕਰ ਲਾਇਆ? ਹੁਣ ਤਾਂ ਤੁਸੀਂ ਆਏ ਹੋਗੇ, ਹੁਣ ਫਿਰ ਜਾਣ ਦੀ ਤਿਆਰੀ ਕਰ ਲਈ, ਹੱਦ ਹੋਈ ਪਈ ਆ ਤੁਹਾਡੇ ਵਾਲੀ। ਮੈਂ ਤਾਂ ਉਹਨੂੰ ਕਿਹਾ ਸੀ, ਮੈਂ ਹਲੇ ਹਫ਼ਤਾ ਤਾਂ ਹੋਇਆ ਮੇਰੇ ਵਿਆਹ ਹੋਏ ਨੂੰ, ਕਿਸੇ ਹੋਰ ਨੂੰ ਭੇਜ ਦੇ। ਹਾਂ ਉਹ ਕਹਿੰਦਾ ਕੱਚਾ ਮਾਲ ਆ ਯਾਰ, ਤੂੰ ਐ ਸੀਨੀਅਰ ਡਰਾਈਵਰ, ਕਹਿੰਦਾ ਹੋਰ ਮੈਂ ਕਿਹਨੂੰ ਭੇਜਦਾ, ਜੇ ਤੂੰ ਨਾ ਗਿਆ ਨੁਕਸਾਨ ਹੋ ਜੂਗਾ। ਫਿਰ ਇਹ ਤਾਂ ਕੋਈ ਗੱਲ ਨਾ ਬਣੀ, ਪਰ ਮੇਰਾ ਜੀ ਨਹੀਂ ਲੱਗਦਾ ਹੈਗਾ, ਮੈਂ ਨਹੀਂ ਜਾਣ ਦਿੰਦੀ, ਤੁਹਾਨੂੰ ਮੈਂ ਪਹਿਲਾਂ ਕਹਿਤਾ, ਆਪਦਾ ਕਿਸੇ ਹੋਰ ਨੂੰ ਭੇਜ ਦਿਓ ਆਪਦੀ ਜਗ੍ਹਾ 'ਤੇ। ਨਿੰਮੋ ਜਵਾਬ ਤਾਂ ਮੈਂ ਵੀ ਦੇ ਦਿੰਦਾ, ਪਰ ਕੀ ਕਰਾਂ, ਆਉਂਦੇ ਹੋਏ ਪੇਮੈਂਟ ਵੀ ਫੜ ਕੇ ਲੈ ਕੇ ਆਉਣੀ ਹੈ ਮੈਂ। ਉਹ ਖਾਤੇ ਜੇ 'ਚ ਕੋਈ ਦਿੱਕਤ ਆ ਰਹੀ ਹੈ? ਮੈਂ ਤਾਂ ਕਿਹਾ ਸੀ ਮੈਂ ਸਿੱਧੇ ਪਵਾ ਦਿਓ ਜੀ, ਮੈਨੂੰ ਬਾਬੂ ਕਹਿੰਦਾ ਪੈਸੇ ਵੀ ਲੈ ਕੇ ਆਉਣੇ ਨੇ। ਹੋਰ ਪੈਸੇ ਬਣੀਓ ਸਰਜੂ ਜੀ, ਪਰ ਮੇਰਾ ਜੀ ਨਹੀਂ ਲੱਗਦਾ ਤੁਹਾਡੇ ਬਿਨਾਂ, ਤੁਸੀਂ ਸਮਝਦੇ ਕਿਉਂ ਨਹੀਂ ਹੈਗੇ, ਐਂ ਕਿਉਂ ਕਰਦੇ ਹੋਗੇ?
ਹਜੇ ਕੱਲ੍ਹ ਤਾਂ ਤੁਸੀਂ ਆਏ ਹੋਗੇ, ਅੱਜ ਫਿਰ ਜਾਣ ਦੀ ਤਿਆਰੀ ਕਰ ਲਈ। ਮੇਰੇ ਨਾਲ ਤਾਂ ਕੋਈ ਸਲਾਹ ਕਰਨੀ ਨਹੀਂ, ਮੈਨੂੰ ਬਿਨਾਂ ਪੁੱਛੇ ਦੱਸੇ ਬਸ ਕਹਿਤਾ ਹੋਣਾ ਵੀ ਹਾਂ ਮੈਂ ਆ ਜਾਊਂਗਾ। ਉਹ ਕਾਮਲੀਏ, ਜਦੋਂ ਨੌਕਰੀ ਕਰਨੀ ਹੈ ਫਿਰ ਨਾ ਕਰਾ ਕੀ, ਤੇਰੇ ਨਾਲ ਕੀ ਸਲਾਹ ਕਰਦਾ? ਸਲਾਹ ਕਰਨ ਦਾ ਤਾਂ ਉਦੋਂ ਫਾਇਦਾ ਹੈ ਜੇ ਆਪਣੀ ਸਲਾਹ ਚੱਲੇ। ਨਾ ਤੇਰੀ ਚੱਲਦੀ ਹੈ ਨਾ ਮੇਰੀ ਕੋਈ ਪੇਸ਼ ਚੱਲਦੀ ਹੈ। ਹੁਣ ਨੌਕਰੀ ਕਰਨੀ ਹੈ ਤਾਂ ਜੀ 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 ਤਾਂ ਕਹਿਣੀ ਪੈਂਦਾ ਨਾ। ਫਿਰ ਮਾੜੀ ਮੋਟੀ ਆਪਦੀ ਮਜਬੂਰੀ ਵੀ ਦੱਸ ਸਕਦੇ ਹੋ, ਕਹਿ ਦਿੰਦੇ ਤੁਸੀਂ ਵੀ ਸਾਰ ਲਓ ਮੇਰੇ ਕਣੀਆਂ 2-4 ਦਿਨਾਂ, ਵੀ ਚੱਲ 2-4 ਦਿਨਾਂ ਬਾਅਦ ਮੈਂ ਆ ਜਾਊਂਗਾ। ਨਿੰਮੋ, ਜਿਹੜੇ ਨੇ ਨਾ ਬੈਠੇ ਬੰਦੇ ਨੂੰ ਨਾ ਦੇਖਿਆ, ਉਹ ਖੜਾ ਹੋ ਕੇ ਕਿਹੜਾ ਜ਼ਿਆਦਾ ਦੇਖੂਗਾ? ਹੁਣ ਉਹਨੂੰ ਨਹੀਂ ਪਤਾ ਹੈਗਾ ਵੀ ਹਫ਼ਤਾ ਹੋਇਆ ਹਲੇ ਵਿਆਹ ਹੋਏ ਨੂੰ, ਵੀ ਹੁਣੇ ਕਿੱਥੋਂ ਚੱਕਰ ਲਾਦਾ। ਆਹ ਦੇਖ ਲੈ, ਕੱਲ੍ਹ ਕੱਲ੍ਹ ਚੱਲ ਲੋਕਲ ਚੱਕਰ ਸੀ, ਮੈਂ ਲਾ ਕੇ ਮੁੜਿਆ ਆ, ਹੁਣ ਤਾਂ ਕਲਕੱਤੇ ਦੀ ਗੱਲ ਕਰਦਾ। ਅੱਛਾ ਜੀ, ਐਡੀ ਦੂਰ ਜਾਣਾ ਗਾ, ਨਾਲੇ ਹੁਣ ਗਰਮੀ ਵੀ ਇੰਨੀ ਹੋਈ ਪਈ ਆ, ਮੈਨੂੰ ਐਂ ਸੀ ਵੀ ਚੱਲ 2-4 ਦਿਨ ਤੁਸੀਂ ਰਹੋਗੇ ਉਰੇ, ਆਪਾਂ ਕਿਤੇ ਜਾ ਆਵਾਂਗੇ, ਘੁੰਮ ਫਿਰ ਆਵਾਂਗੇ। ਹੁਣ 2-4 ਦਿਨ ਕਿੱਥੇ, ਆ 1 ਦਿਨ ਮਿਲਿਆ ਗਾ, ਉਹ ਵੀ ਚੱਜ ਨਾਲ ਗੱਲ ਵੀ ਨਹੀਂ ਹੋਣੀ, ਘੁੰਮਣਾ ਫਿਰਨਾ ਤਾਂ ਦੂਰ ਦੀ ਗੱਲ। ਉਹ ਨਿੰਮੋ, ਸਾਡੇ ਡਰਾਈਵਰਾਂ ਦੀਆਂ ਤਕਦੀਰਾਂ ਤਾਂ ਰੱਬ ਨੇ ਪਤਾ ਨਹੀਂ ਕਿਵੇਂ ਲਿਖਤੀਆਂ। ਸਾਰੀ ਉਮਰ ਸਾਡੀ ਤਾਂ ਰੋਡਾਂ 'ਤੇ ਢਾਬਿਆਂ 'ਤੇ ਹੱਥਾਂ ਨਾਲ ਥਾਪਦਿਆਂ ਦੀ ਲੰਘ ਜਾਂਦੀ ਹੈ, ਅਤੇ ਜਾਨ ਜਾਨ ਆ ਮੁੱਠੀ 'ਚ ਰਹਿੰਦੀ ਹੈ। ਕੀ ਪਤਾ ਹੈ ਕਦੋਂ ਕੋਈ ਐਕਸੀਡੈਂਟ ਹੋ ਜੇ, ਕਦੋਂ ਕਦੇ ਕੋਈ ਗੱਡੀ ਪਲਟ ਜੇ। ਆ ਤੁਸੀਂ ਕੀ ਕਹੀ ਜਾਂਦੇ ਹੋਗੇ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਮੇਰਾ ਦਿਲ ਘਟਦਾ। ਵੱਡੀ ਗੱਲ ਤਾਂ ਜੀ ਵਾਲੀ ਵੀ ਗੱਲ ਨਹੀਂ ਹੈਗੀ, ਚਲੋ ਤਾਂ ਮੈਨੂੰ ਪਤਾ ਹੀ ਹੈ ਵੀ ਹਾਂ ਤੁਸੀਂ ਕੰਮ ਕਰਨਾ, ਰਹਿਣਾ ਪੈਂਦਾ। ਮੈਨੂੰ ਡਰ ਲੱਗਦਾ ਰਹਿੰਦਾ ਜਦੋਂ ਤੁਸੀਂ ਬਾਹਰ ਭੱਗ ਜਾਂਦੇ ਹੋਗੇ, ਸੋਚ ਬੜਬੜ ਖਾਈ ਜਾਂਦੀ ਹੈ ਵੀ ਤੁਸੀਂ ਗਿਓਗੇ, ਰਾਸਤੇ 'ਚ ਠੀਕ ਠਾਕ ਹੋਵੋਗੇ, ਇੱਕ ਤਾਂ ਗੱਲ ਵੀ ਨਹੀਂ ਹੁੰਦੀ ਫੋਨ 'ਤੇ। ਉਹ ਕਿਹੜੇ ਫੋਨ ਨੇ ਕਮਲੀਏ, ਕਿਤੇ ਆਹ ਨੈੱਟਵਰਕ ਜਾਂ ਆਉਂਦਾ ਹੈ ਕਿਤੇ ਨਹੀਂ ਆਉਂਦਾ, ਅਤੇ ਫਿਰ ਧਿਆਨ ਵੀ ਸਾਹਮਣੇ ਰੱਖਣਾ ਪੈਂਦਾ, ਫੋਨ 'ਚ ਧਿਆਨ ਨਹੀਂ ਰਹਿੰਦਾ। ਨਾਲੇ ਹੁਣ ਕਰੀਏ ਕੀ, ਨੰਦਿਆਏ ਹੁੰਦੇ ਆ ਕਈ ਕਈ ਰਾਤਾਂ ਦੇ, ਜੇ ਨਹੀਂ ਲਗਾਤਾਰ ਗੱਡੀ ਚਲਾਉਂਦੇ ਤਾਂ ਮਾਲ ਦਾ ਡਰ ਰਹਿੰਦਾ, ਫਿਰ ਨੁਕਸਾਨ ਹੁੰਦਾ। ਅਸੀਂ ਤਾਂ ਫਸੇ ਹੋਏ ਹਾਂ, ਕਈ ਵਾਰੀ ਜੀ ਕਰਦਾ ਕਿ ਆ ਡਰਾਈਵਰੀ ਛੱਡ ਦਈਏ, ਪਰ ਇਹ ਤਾਂ ਹੱਡਾਂ 'ਚ ਰਚ ਗਈ, ਇਹ ਕਰਨੀ ਵੀ ਔਖੀ ਹੈ ਅਤੇ ਛੱਡਣੀ ਵੀ ਔਖੀ ਹੈ। ਮੈਂ ਤੁਹਾਨੂੰ ਇਹੀ ਕਹਿੰਦੀ ਸੀ ਵੀ ਛੱਡ ਦਿਓ ਪਰਾਂ, ਕੋਈ ਹੋਰ ਕੰਮ ਦੇਖ ਲਓ, ਕੋਈ ਹੋਰ ਕੰਮ ਕਰ ਲਓ, ਇਹ ਕਿਹੜਾ ਜ਼ਰੂਰੀ ਹੈ ਵੀ ਹਾਂ ਤੁਸੀਂ ਬਾਹਰ ਹੀ ਜਾਣਾ। ਨਾਲੇ ਮੈਂ ਬੋਲੀ ਫਿਰ ਤੁਹਾਨੂੰ ਬਾਹਰ ਜਾਣ ਨੂੰ ਕਹੀ ਜਾਂਦੀ ਹਾਂ, ਤੁਸੀਂ ਤਾਂ ਰਹਿੰਦੇ ਹੀ ਬਾਹਰੋਂ, ਵੱਡੀ ਗੱਲ ਤਾਂ ਘਰੇ ਰਹਿਣ ਦੀ ਹੈ, ਤੁਹਾਨੂੰ ਤਾਂ ਮਸਾਂ ਘਰ ਮਿਲਦਾ। ਮੈਂ ਫਿਰ ਕਹੀ ਜਾਂਦੀ ਹਾਂ ਵੀ ਹਾਂ ਆਪਾਂ ਬਾਹਰ ਭਾਗ ਚੱਲਦੇ, ਬਾਹਰ ਭਾਗ ਚੱਲਦੇ। ਮੈਂ ਤਾਂ ਇਹ ਚਾਹੁੰਦੀ ਹਾਂ ਵੀ ਤੁਸੀਂ ਮੇਰੇ ਲਵੇ ਰਹੋ, ਬਸ ਮੇਰਾ ਜੀ ਨਹੀਂ ਲੱਗਦਾ ਹੈਗਾ, ਨਾਲੇ ਮੈਨੂੰ ਡਰ ਲੱਗਦਾ, ਬਸ 2 ਗੱਲਾਂ ਨੇਗੀਆਂ। ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਕਿਵੇਂ ਕਰਨਾ ਗਾ। ਨਿੰਮੋ, ਕਿੱਥੋਂ ਛੱਡਦਾ ਯਾਰ ਮੈਂ ਡਰਾਈਵਰੀ, ਛੋਟਾ ਜਿਹਾ ਹੁੰਦਾ ਸੀ ਮੈਂ 10 ਸਾਲਾਂ ਦਾ ਜਦੋਂ ਉਸਤਾਦ ਜੀ ਮੈਨੂੰ ਨਾਲ ਲੈ ਗਏ ਤੇ, ਅਤੇ ਬਸ ਪਤਾ ਨਹੀਂ 30-35 ਸਾਲ ਕਿਵੇਂ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਅਤੇ ਇਸ ਡਰਾਈਵਰੀ ਨੇ ਘਰ ਬੰਨਿਆ ਆਪਣਾ, ਇਸ ਡਰਾਈਵਰੀ ਦੇ ਸਿਰ 'ਤੇ ਹੀ ਆਹ 4 ਕਮਰੇ ਖੜ੍ਹੇ ਕਰੇ ਨੇ ਮੈਂ, ਅਤੇ ਉੱਠਦਾ ਬੈਠਦਾ ਹੋਇਆ, ਅਤੇ ਤੇਰੇ ਨਾਲ ਵਿਆਹ ਹੋਇਆ। ਹੁਣ ਮੇਰੀ ਗੱਲ ਸੁਣ, ਪਹਿਲਾਂ ਤਾਂ ਹੁੰਦੀ ਸੀ ਮੈਂ ਇਕੱਲੀ ਜਾਣ, ਚੱਲ ਔਖਾ ਸੌਖਾ ਲੰਘੀ ਜਾਂਦਾ ਸੀ, ਹੁਣ ਤਾਂ ਸੁੱਖ ਨਾਲ ਤੂੰ ਇਸ ਘਰ 'ਚ ਆ ਗਈ, ਤੇਰੀਆਂ ਵੀ ਲੋੜਾਂ ਨੇ ਅਤੇ ਅੱਗੇ ਨਿੱਕਾ ਨਿਆਣਾ ਹੋਊਗਾ, ਤਾਂ ਕਰਕੇ ਨਾ ਕੰਮ ਹੁਣ ਕਰਨੇ ਪਊਗਾ। ਜਿੰਨਾ ਕੰਮ ਕਰ ਲਾਂਗੇ ਉਨਾ ਥੋੜ੍ਹਾ ਹੈ ਆਪਦਾ ਹੈ, 4 ਛੱਲੜ ਇਕੱਠੇ ਹੋ ਜਾਣਗੇ, ਚੱਲ ਸੌਖੀ ਲੰਘਦੀ ਹੋ ਜੂਗੀ ਤੁਹਾਡੀ ਜ਼ਿੰਦਗੀ। ਮੈਂ ਤਾਂ ਜਿਹੜੇ ਰੋਡਾਂ 'ਤੇ ਧੱਕੇ ਖਾਣੇ ਨੇ ਉਹ ਤਾਂ ਖਾਣੀ ਨੇ। ਮੈਨੂੰ ਨਾ ਕਿਸੇ ਛਿੱਲੜ ਦੀ ਲੋੜ ਨਹੀਂ ਹੈਗੀ, ਮੈਨੂੰ ਤਾਂ ਤੁਹਾਡੀ ਲੋੜ ਹੈ, ਠੀਕ ਹੈ? ਬੱਚੇ ਵੀ ਆਪਦੇ ਆਪ ਹੀ ਟਾਈਮ ਕੱਢ ਲੈਣਗੇ,
ਤੁਹਾਡੇ ਉੱਪਰ ਦੀ ਸਾਨੂੰ ਕੀ ਹੈ, ਰਸਤੇ 'ਚ ਡਰ ਲੱਗਿਆ ਰਹਿੰਦਾ, ਵਗ ਜਾਂਦੇ ਹੋਗੇ, ਫਿਰ ਕੀ ਹੈ ਸਾਡੇ ਲਵੇ, ਪੈਸਾ ਨਹੀਂ ਸਭ ਕੁਛ ਹੁੰਦਾ, ਠੀਕ ਹੈ ਨਾ? ਉਹ ਇੱਕ ਕਾਂਬਲੀਏ, ਜੇ ਸਾਰੇ ਡਰਾਈਵਰਾਂ ਦੀਆਂ ਘਰ ਵਾਲੀਆਂ ਐਵੇਂ ਸੋਚਣ ਲੱਗ ਜਾਣ ਫਿਰ ਕਾਰੋਬਾਰ ਕਿਵੇਂ ਚੱਲੂਗਾ? ਹੈਂ, ਆਉਣਾ ਜਾਣਾ ਤਾਂ ਬੰਦ ਹੋ ਜੂਗਾ। ਆਹ ਜਿਹੜੀਆਂ ਬੱਸਾਂ ਦੇ ਵਿੱਚ ਤੁਸੀਂ ਚੜ੍ਹ ਚੜ੍ਹ ਕੇ ਜਾਂਦੇ ਹੋ ਫ੍ਰੀ ਵਾਲੀਆਂ ਬੱਸਾਂ ਦੇ ਵਿੱਚ, ਫਿਰ ਉਹ ਕਿਵੇਂ ਚੱਲਣਗੀਆਂ? ਉਹਨਾਂ ਨੂੰ ਵੀ ਤਾਂ ਕੋਈ ਮਾਈ ਦਾ ਲਾਲ ਚਲਾਉਂਦੀ ਹੈ, ਉਹ ਵੀ ਤਾਂ ਕਿਸੇ ਦੇ ਘਰ ਵਾਲੇ ਨੇ। ਚੱਲ ਬਾਬਾ, ਤੁਸੀਂ ਜਿੱਤੇ ਮੈਂ ਹਾਰੀ, ਠੀਕ ਹੈ ਨਾ? ਸੋਥੋਂ ਮੈਂ ਜਿੱਤ ਨਹੀਂ ਸਕਦੀ ਗੱਲਾਂ 'ਚ। ਵਗ ਜਿਓ ਫਿਰ, ਹੋਰ ਕੀ ਬਣਦਾ? ਜੇ ਮੈਂ ਉਰੂੰ ਉਰੂੰ ਕਰੂੰਗੀ ਬਾਅਦ 'ਚ ਫਿਰ ਮੈਨੂੰ ਟੈਨਸ਼ਨ ਲੱਗੀ ਰਹਿੰਦੀ ਹੈ ਜਦੋਂ ਰਸਤੇ 'ਚ ਜਾਂਦੇ ਹੋਗੇ। ਪਰ ਫਿਰ ਵੀ ਇੱਕ ਵਾਰ ਤਾਂ ਮਨ ਹੁੰਦਾ ਹੀ ਹੈਗਾ ਵੀ ਤੁਸੀਂ ਚੱਲ 2-4 ਦਿਨ ਹੋਰ, ਨਹੀਂ ਤਾਂ 2-4 ਦਿਨ ਤਾਂ ਮੇਰੇ ਲਵੇ ਲਾ ਸਕਦੇ ਹੋ ਨਾ। ਐਂ ਥੋੜ੍ਹੀ ਹੈ ਵੀ ਅੱਜ ਆਏ ਕੱਲ੍ਹ ਨੂੰ ਜਾਣ ਦੀ ਤਿਆਰੀ ਫਿਰ ਕਰ ਲਈ। ਨਿੰਮੋ, ਇਹ 'ਚ ਜਿੱਤਣ ਹਾਰਨ ਵਾਲੀ ਕੋਈ ਗੱਲ ਹੈ ਨਹੀਂ ਕਿ ਤੂੰ ਛੋਟੀ ਹੈ ਜਾਂ ਮੈਂ ਵੱਡੀ ਹਾਂ, ਜਾਂ ਮੈਂ ਤੇਰੀ ਗੱਲ ਮੰਨਾਂ ਜਾਂ ਤੂੰ ਮੇਰੀ ਗੱਲ ਮੰਨੇ। ਗੱਲ ਹੈ ਸਾਰੀ ਮਜਬੂਰੀ ਦੀ, ਕਿਉਂਕਿ ਜੇ ਰੱਬ ਨੇ ਢਿੱਡ ਲਾਇਆ ਤਾਂ ਕੰਮ ਵੀ ਕਰਨਾ ਹੀ ਪਊਗਾ ਨਾ, ਕੰਮ ਤੋਂ ਬਿਨਾਂ ਕਿੱਥੇ ਸਰਦਾ? ਹੁਣ ਜਿਹੜਾ ਕੀਤਾ ਫੜਿਆ ਹੋਇਆ, ਕੀਤਾ ਤਾਂ ਉਹੀ ਕਰਨਾ ਪਊਗਾ। ਜੇ ਕੋਈ ਹੋਰ ਕੀਤਾ ਹੁੰਦਾ ਹੁੰਦਾ, ਚੱਲ ਜੱਟ ਤਾਂ ਬਣ ਗਏ ਆਪਾਂ ਨਾਮ ਦੇ, ਪਰ ਜ਼ਮੀਨ ਨਹੀਂ ਹੈਗੀ ਆਪਣੇ ਕੋਲ। ਜੇ 2 ਖੁੱਡ ਹੁੰਦੇ ਮੈਂ ਤਾਂ ਖੇਤੀ ਉਹ ਕਰ ਲੈਂਦਾ, ਮੇਰਾ ਵੀ ਜੀ ਨਹੀਂ ਕਰਦਾ ਤੈਨੂੰ ਛੱਡ ਕੇ ਜਾਣ ਨੂੰ, ਪਰ ਕਰਾਂ ਤਾਂ ਕੀ ਕਰਾਂ? ਉਹ ਕਹਿੰਦੇ ਨੇ ਨਾ, ਕਹਿੰਦੇ ਜਿੱਥੇ ਦਾਣੇ ਖੜਿਆ ਦੇ ਉੱਥੇ ਚੁਗਣੇ ਪੈਂਦੇ ਨੇ। ਹੁਣ ਕੀ ਕਰੀਏ, ਸਾਡੇ ਇਸ ਤਕਦੀਰ ਦੇ ਵਿੱਚ ਢਾਬਿਆਂ ਦੀਆਂ ਰੋਟੀਆਂ ਲਿਖੀਆਂ ਹੋਈਆਂ ਨੇ, ਅਤੇ ਫਿਰ ਉਹ ਤਾਂ ਖਾਣੀ ਹੀ ਨੇ ਨਾ। ਚਲ ਹੁਣ ਤੁਸੀਂ ਦਿਲ ਛੋਟਾ ਨਾ ਕਰੋ, ਮੈਂ ਨਹੀਂ ਕਹਿੰਦੀ ਹੈ ਕਿ ਤੁਹਾਨੂੰ ਇਸ ਤੋਂ ਬਾਅਦ ਕੁਛ ਵੀ। ਚਲ ਤੁਸੀਂ ਬੈਠੋ, ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਂਦੀ ਹੈਗੀ। ਫਿਰ ਹੁਣ ਸਵੇਰੇ ਜਾਣਾ ਤੁਸੀਂ ਨੇ? ਸਵੇਰੇ ਕਿੱਥੇ ਜਾਣਾ ਕਾਉਂਲੀਏ, ਹਾਂ ਬਾਬੂ ਤਾਂ ਕਹਿੰਦਾ ਹੁਣੇ ਆ ਜਾ। ਨਾ ਹੱਦ ਹੋਈ ਪਈ ਆ, ਹੁਣੇ ਆ ਜਾ, ਮੈਂ ਕਹੀ ਨਹੀਂ ਸਵੇਰੇ ਜਾਣਾ ਸਵੇਰੇ ਜਾਣਾ, ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੁਸੀਂ ਹੁਣੇ ਜਾਣਾ ਹੈਗਾ? ਇਹ ਤਾਂ ਕੋਈ ਗੱਲ ਨਾ ਬਣੀ ਫਿਰ। ਜੇ ਤੈਨੂੰ ਮੈਂ ਪਹਿਲਾਂ ਦੱਸ ਦਿੰਦਾ, ਜਿਹੜਾ ਮੂੰਹ ਤੂੰ ਹੁਣ ਬਣਾਇਆ ਨਾ, ਇਹ ਮੂੰਹ ਪਹਿਲਾਂ ਬਣਾ ਕੇ ਬਹਿ ਜਾਂਦੀ। ਕਰਾਂ ਕੀ ਯਾਰ, ਮੈਂ ਤਰਸ ਆਉਂਦਾ ਮੈਨੂੰ ਤੇਰੇ 'ਤੇ ਵੀ, ਹਲੇ ਹਫ਼ਤਾ ਤਾਂ ਹੋਇਆ ਆਪਣੇ ਵਿਆਹ ਨੂੰ, ਪਰ ਹੁਣ ਮੈਂ ਮਜਬੂਰ ਹਾਂ। ਮੇਰਾ ਜੀ ਤਾਂ ਕਰਦਾ ਕਿ ਤੈਨੂੰ ਵੀ ਗੱਡੀ ਦੇ ਨਾਲੇ ਲੈ ਚੱਲਾਂ, ਤੂੰ ਹੋਵੇਂ ਕੈਲੰਡਰ ਅਤੇ ਮੈਂ ਹੋਵਾਂ ਡਰਾਈਵਰ, ਦੋਵੇਂ ਹੱਥ ਦੇ ਖੇਡਦੇ ਬੰਬੇ ਕਵਾਟੀ ਕਲਕੱਤੇ। ਨਾ ਤੁਸੀਂ ਆ ਕੀ ਕਿਹਾ, ਕੀ ਹੋਵਾਂ ਮੈਂ? ਮੈਨੂੰ ਸਮਝ ਨਹੀਂ ਆਈ, ਕੀ ਹੋਵਾਂ ਮੈਂ? ਉਹ ਇੱਕ ਕੈਲੰਡਰ ਹੁੰਦਾ, ਹੋਰ ਕੀ ਹੁੰਦਾ ਹੁੰਦਾ? ਉਹ ਕੀ ਹੁੰਦਾ? ਓਏ ਉਹ ਹੁੰਦਾ ਹੁੰਦਾ ਜਿਹੜਾ ਸਾਨੂੰ ਦਮ ਦਬਾ ਦਿੰਦਾ, ਜਿਵੇਂ ਮੈਂ ਅੱਧੀ ਗੱਡੀ ਚਲਾ ਲਈ, ਜਦੋਂ ਮੈਂ ਥੱਕ ਹਾਰ ਗਿਆ, ਚੱਲ ਨਾਲ ਵਾਲੇ ਨੇ ਸਾਂਭ ਲਈ ਭਾਈ, ਚਾਹ ਪਾਣੀ ਫੜਾ ਦਿੰਦਾ, ਗੱਡੀ ਦਾ ਧਿਆਨ ਰੱਖਦਾ ਸਭ ਤੋਂ ਵੱਧ ਥੋੜ੍ਹਾ ਜਿਹਾ, ਹੋਰ ਕੀ ਹੁੰਦਾ ਹੁੰਦਾ ਜੀ? ਫਿਰ ਉਹ ਤਾਂ ਮੈਂ ਬਣ ਲਈ, ਫਿਰ ਤੁਸੀਂ ਕਿੱਥੇ, ਗੱਡੀ ਕਿਤੇ, ਮੈਂ ਕਿਤੇ, ਮਜ਼ਾਕ ਕਰਦੇ ਹੋ ਮੇਰੇ ਨਾਲ। ਮੈਨੂੰ ਬੜੀ ਡਰਾਈਵਰੀ ਆਉਂਦੀ ਹੈ ਵੀ ਹਾਂ ਮੈਂ ਤੁਹਾਨੂੰ ਦਮ ਦਵਾ ਦੂੰਗੀ। ਮੈਂ ਤਾਂ ਤੈਨੂੰ ਛੇੜਨ ਵਾਸਤੇ ਗੱਡੀ 'ਤੇ ਵੀ ਲਿਖਿਆ ਤਾ, ਜੁੱਤੀ ਝਾੜ ਕੇ ਚੜ੍ਹੀ ਮਟਿਆਰੇ, ਗੱਡੀ ਹੈ ਸ਼ਕੀਨ ਜੱਟ ਦੀ। ਅੱਛਾ ਜੀ, ਮੈਂ ਤਾਂ ਬੈਠੀ ਹੋ ਖੜੀ ਹਾਂ ਗੱਡੀ 'ਚ ਤੁਹਾਡੀ 'ਚ, ਮੈਂ ਤਾਂ ਅੱਜੇ ਵਗ ਜੂੰਗੀ ਨਾ ਕਸ਼ਮੀਰ, ਇੱਥੇ ਗਰਮੀ ਅੱਗ ਲੱਗੀ ਪਈ ਹੈਗੀ, ਐਂ ਜੀ ਕਰਦਾ ਤੀ ਵੀ ਕਿਸੇ ਠੰਡੀ ਜਗ੍ਹਾ 'ਤੇ ਜਾਵਾਂਗੇ, ਚੱਲ 2 ਦਿਨ ਲਾ ਆਵਾਂਗੇ, ਗਰਮੀ ਨੇ ਬੱਟ ਕੱਢ ਰੱਖੇ ਨੇ, ਇੰਨੀ ਗਰਮੀ ਹੋ ਰਹੀ ਆ। ਹੁਣ ਤੁਸੀਂ ਤਾਂ ਲੰਘ ਜਾਓਗੇ ਉੱਧਰ, ਵਧੀਆ ਹਵਾ ਲਉਂਗੇ, ਮੈਂ ਫਿਰ ਉੱਥੇ। ਕਿਹੜੀਆਂ ਹਵਾਵਾਂ ਨੇ, ਤੈਨੂੰ ਪਤਾ ਆਹ ਰੋਡ 'ਚੋਂ ਕਿਵੇਂ ਸੇਕ ਆਉਣ ਆਉਂਦਾ, ਜਿਵੇਂ ਕਿਸੇ ਭੱਠੀ 'ਚੋਂ ਟਾਇਰਾਂ ਦਾ ਬੁਰਾ ਹਾਲ ਹੋ ਜਾਂਦਾ, ਰੋਕ ਰੋਕ ਕੇ ਸਾਨੂੰ ਤਾਂ ਠੰਡੇ ਕਰਨੇ ਪੈਂਦੇ ਨੇ, ਪਰ ਕਰੀਏ ਵੀ ਕੀ, ਜੇ ਨਾ ਤੁਰੇ ਤਾਂ ਫਿਰ ਮਾਲ ਇੱਥੇ ਰੁਲ ਜੂਗਾ, ਅਤੇ ਉੱਪਰੋਂ ਬਾਬੂ
ਬਾਬੂ ਨੇ ਤਾਂ ਜੋ ਸਾਡਾ ਹਾਲ ਕਰਨਾ ਉਹਦਾ ਦੁੱਖੜਾ ਤਾਂ ਤੈਨੂੰ ਮੈਂ ਕੀ ਦੱਸਾਂ। ਮੈਂ ਤਾਂ ਜੀ ਮਜ਼ਾਕ ਕਰਦੀ ਸੀਗੀ, ਤੁਹਾਡੇ ਨਾਲੋਂ ਚੰਗਾ ਮੈਨੂੰ ਕੁਛ ਵੀ ਨਹੀਂ ਹੈਗਾ। ਹੁਣ ਟੈਨਸ਼ਨ ਨਾ ਲਓ, ਫਿਰ ਤੁਸੀਂ ਤਿਆਰੀ ਕਰ ਲਓ ਫਿਰ ਹੁਣ ਜਾਣ ਦੀ, ਮੈਂ ਰੋਟੀ ਬਣਾ ਦਿੰਦੀ ਹਾਂ ਇਹਨੇ। ਚੱਲ ਇੱਕ ਵਾਅਦਾ ਕਰਕੇ ਜਾਣਾ ਤੇਰੇ ਨਾਲ, ਹਾਂਜੀ ਜਦੋਂ ਅਗਲੀ ਵਾਰੀ ਆਊਂਗਾ ਬਾਬੂ ਨੂੰ ਕਹੂੰਗਾ ਵੀ ਇਹ ਕਸ਼ਮੀਰ ਵਾਲਾ ਗੇੜਾ ਲਵਾ ਦੇ ਸਾਡਾ, ਚੱਲ ਬਹਾਨੇ ਨਾਲ ਤੈਨੂੰ ਘੁਮਾ ਲਿਆਊਂਗਾ। ਵਾਅਦਾ ਨਾ ਕਰੋ ਤੁਸੀਂ, ਬਸ ਤੁਸੀਂ ਆਏ ਜਾਇਓ, ਬਾਕੀ ਆਪੇ ਮੈਂ ਰਾਏ ਬਣਾ ਲੂੰਗੀ ਜਾਣ ਦੀ। ਤਾਂ ਜੇ ਵਾਅਦਾ ਕਰਦੇ ਹੋ ਨਾ, ਵਾਅਦਾ ਕਦੇ ਪੂਰਾ ਨਹੀਂ ਕਰਦੇ ਹੈਗੇ। ਮੈਨੂੰ ਤਾਂ ਬਿਨਾਂ ਵਾਅਦੇ ਤੋਂ ਹੀ ਠੀਕ ਆ ਵੀ ਹਾਂ ਤੁਸੀਂ ਆ ਜਾਓ 2-4 ਦਿਨਾਂ ਵਾਸਤੇ। ਮੇਰੀ ਗੱਲ ਸੁਣ, ਮੈਂ ਤਾਂ ਹੁਣ ਬਾਜੂ ਗੱਡੀ 'ਤੇ, ਜੇ ਤੇਰਾ ਚਿੱਤ ਮੰਦ ਹੈ ਤਾਂ 4 ਦਿਨ ਪੇਕੇ ਲਾਏ ਬੇਸ਼ੱਕ। ਨਾ ਨਾ ਮੈਂ ਨਹੀਂ ਜਾਣਾ ਹੈਗਾ, ਫਿਰ ਉਰੇ ਘਰੇ ਨਹੀਂ ਕੋਈ ਹੈਗਾ, ਘਰ ਥੋੜ੍ਹੀ ਮੈਂ ਸੁਣਨਾ ਛੱਡ ਕੇ ਜਾਊਂਗੀ, ਨਾਲੇ ਤੁਸੀਂ ਮੇਰੇ ਪਿੱਛੇ ਜਾਂਦੇ ਹੋਗੇ। ਅੱਛਾ ਤੁਸੀਂ ਵਗ ਜਾਓ ਕੰਮ 'ਤੇ, ਮੈਂ ਵਗ ਜਾ ਪੇਕੀ, ਫਿਰ ਘਰ ਕੌਣ ਦੇਖੂਗਾ। ਓਏ ਘਰ ਘਰ ਨੂੰ ਕਿਹੜਾ ਕੋਈ ਚੱਕ ਕੇ ਲੈ ਚੱਲਿਆ, ਇਹਨੂੰ ਤਾਂ ਪਹਿਲਾਂ ਵੀ ਮੈਂ ਜਿੰਦਾ ਕੁੰਡਾ ਲਾਉਂਦਾ ਸੀ, ਜੇ ਹੁਣ ਤੂੰ ਜਿੰਦਾ ਕੁੰਡਾ ਲਾ ਕੇ ਵੱਜੇਗੀ ਫਰਕ ਕੋਈ ਨਹੀਂ ਪੈਣ ਲੱਗਿਆ ਨਿੰਮੋ। ਨਹੀਂ ਜੀ, ਬੰਦੇ ਤਾਂ ਲਾ ਕੇ ਜਾ ਸਕਦੇ ਨੇ, ਠੀਕ ਹੈ, ਤੀਵੀਆਂ ਨਹੀਂ ਜਾ ਸਕਦੀਆਂ ਹੈਗੀਆਂ, ਤੀਵੀਆਂ ਤਾਂ ਅਣਸਰਦੇ ਨੂੰ ਜਾਂਦੀਆਂ ਨੇਗੀਆਂ। ਐਂ ਹੁਣ ਥੋੜ੍ਹੀ ਜਿੰਦਾ ਗੁੰਡਾ ਸੋਹਣਾ ਲੱਗਦਾ ਗਾ, ਰਹਿਣ ਦਿਆ ਕਰੋ ਇਹਨਾਂ ਗੱਲਾਂ ਨੂੰ, ਤੁਸੀਂ ਤਿਆਰੀ ਕਰੋ, ਕੱਪੜੇ ਮੈਂ ਆਪੇ ਪਾ ਦੂੰਗੀ ਬੈਗ 'ਚ, ਚੱਲ ਤੁਸੀਂ ਬੈਠੋ, ਮੈਂ ਰੋਟੀ ਬਣਾਉਣੀ ਆ ਜਾ ਕੇ, ਰੋਟੀ ਖਾ ਕੇ ਜਾਇਓ, ਆਈ ਨਹੀਂ ਜਾਣਾ ਹੈਗਾ। ਮੇਰੀ ਗੱਲ ਸੁਣ, ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ ਖਾਣ ਦਾ। ਮੈਨੂੰ ਨਹੀਂ ਪਤਾ ਹੈਗਾ, ਮੈਂ ਰੋਟੀ ਬਣਾਉਣੀ ਆ ਅਤੇ ਖਾ ਕੇ ਜਾਇਓ। ਓਏ ਤੂੰ ਗੱਲ ਤਾਂ ਸੁਣ, ਹਾਂਜੀ ਬਹਿ ਜਾ, ਹੋਰ ਦੁੱਖ ਸੁੱਖ ਸਾਂਝਾ ਕਰ ਲੈ, ਫਿਰ ਮੈਨੂੰ ਮਿਹਣੇ ਜੇ ਦੇ ਜਾਇਆ ਕਰੇਂਗੀ। ਨਾਲੇ ਗੱਲ ਸੁਣੀ, ਨੇਰੇ ਸਵੇਰੇ ਮੇਲੋ ਤਾਈ ਨੂੰ ਬੁਲਾ ਲਿਆ ਕਰੀ। ਮੈਂ ਨਹੀਂ ਕਿਸੇ ਨੂੰ ਵੀ ਬੁਲਾਉਣਾ ਹੈਗਾ, ਠੀਕ ਹੈ, ਮੈਂ ਇਕੱਲੀ ਰਹਿ ਲੂੰਗੀ। ਇੱਥੇ ਤੀਵੀਆਂ ਆਉਂਦੀਆਂ ਨੇ, ਮੈਨੂੰ ਗੱਲਾਂ ਹੀ ਸੁਣਾਉਣ ਬਹਿ ਜਾਂਦੀਆਂ ਨੇ। ਸੁਣ ਲਿਆ ਕਰ ਫਿਰ ਤੂੰ, ਮੈਨੂੰ ਪਤਾ ਹੈ ਸਿਆਣੀ ਤਾਂ ਹੈਗੀ ਆ ਤੂੰ। ਨਾ ਮੈਂ ਮਾੜਾ ਕਰਦੀ ਹਾਂ ਗੱਲਾਂ ਸੁਣਨ ਨੂੰ, ਕਿਉਂ ਸੁਣਾ ਮੈਂ ਕਿਸੇ ਦੀਆਂ, ਹੱਦ ਹੈ ਤੁਹਾਡੇ ਵਾਲੀ ਵਿੱਚ ਵੀ। ਮੈਂ ਆਪਦੇ ਘਰੇ ਠੀਕ ਆ, ਤੁਸੀਂ ਕੰਮ 'ਤੇ ਜਾਂਦੇ ਹੋਗੇ, ਮੈਂ ਘਰੇ ਆਪਦਾ ਗੇਟ ਲਾ ਕੇ ਬਹਿ ਜਾਂਦੀ ਹੈਗੀ, ਮੈਨੂੰ ਨਹੀਂ ਲੋੜ ਹੈਗੀ ਤਾਈ ਦੀ। ਚੱਲ ਕੋਈ ਨਹੀਂ, ਮੈਂ ਤਾਂ ਕਹਿੰਦਾ ਸੀ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਚੱਲ ਉਹਨੂੰ ਕਹਿ ਕੇ ਮੰਗਾ ਲਾਂਦੀ, ਹੋਰ ਮੈਂ ਆਪਾਂ ਨੇ ਕੀ ਕਰਾਉਣਾ ਤਾਈ ਤੋਂ, ਤਾਈ ਨੇ ਤਾਂ ਉੱਥੇ ਵੀ ਪੈਣਾ ਇੱਥੇ ਵੀ ਪੈਣਾ। ਚੀਜ਼ਾਂ ਤਾਂ ਸਾਰੀਆਂ ਘਰੇ ਪਈਆਂ ਨੇ, ਤੁਸੀਂ ਰੱਖ ਕੇ ਜਾਂਦੇ ਹੋਗੇ, ਮੈਨੂੰ ਲੋੜ ਨਹੀਂ ਪੈਂਦੀ ਜਾਣ ਦੀ ਬਾਹਰ, ਠੀਕ ਹੈ। ਚੱਲ ਠੀਕ ਹੈ, ਜਾਣ ਲੱਗੇ ਮੈਨੂੰ ਯਾਦ ਕਰਾ ਦੀ, 4 ਪੈਸੇ ਲੈ ਲਈ, ਠੀਕ ਹੈ, ਠੀਕ ਪਿੱਛੋਂ ਹੈ, ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ ਤਾਂ ਹੱਥ ਨਾਲ ਖਰੀਦ ਤਾਂ ਲਵੇਂਗੀ। ਠੀਕ ਹੈ ਜੀ। ਚੱਲ ਫਿਰ ਹੁਣ ਐਂ ਕਰ, ਤੂੰ ਕਰ ਦੇ ਪੈਕ ਰੋਟੀ, ਮੈਂ ਹਾਂਜੀ ਚੱਲਦਾ। ਹਾਂ ਠੀਕ ਹੈ। ਕੀ ਕਰਾਂ ਨਿੰਮੋ, ਜੀ ਤਾਂ ਮੇਰਾ ਵੀ ਨਹੀਂ ਕਰਦਾ ਕਿਤੇ ਨੂੰ ਇਕੱਲੀ ਨੂੰ ਛੱਡ ਕੇ ਗੱਡੀ 'ਤੇ ਜਾਵਾਂ, ਪਰ ਜਿੰਨਾ ਪਿਆਰ ਮੈਂ ਤੈਨੂੰ ਕਰਦਾ ਉਨਾ ਪਿਆਰ ਮੈਂ ਆਪਣੀ ਗੱਡੀ ਨੂੰ ਵੀ ਕਰਦਾ, ਗੱਡੀ ਤੋਂ ਬਿਨਾਂ ਮੇਰਾ ਵੀ ਜੀ ਨਹੀਂ ਲੱਗਦਾ, ਨਾਲੇ ਇਸ ਗੱਡੀ ਕਰਕੇ ਤਾਂ ਆਪਣਾ ਘਰ ਚੱਲਦਾ, ਮਜਬੂਰੀ ਹੈ ਨਿੰਮੋ, ਡਰਾਈਵਰਾਂ ਦੀ ਮਜਬੂਰੀ ਹੈ, ਬਸ ਤੂੰ ਸਮਝ ਲੈ। ਪਿੰਡ 'ਚ ਬੜੇ ਚਰਚੇ ਨੇ ਜੱਸੇ ਡਰਾਈਵਰ ਵਾਲੀ ਦੇ, ਕਹਿੰਦੇ ਬਾਲੀਏ ਸੋਹਣੀ ਹੈ, ਨਿਰੀ ਅੱਗ ਹੈ ਨਿਰੀ ਅੱਗ, ਅੱਜ ਦਰਸ਼ਨ ਕਰਕੇ ਆਵਾਂਗੇ, ਦੇਖਦੇ ਹਾਂ ਕਿਹੋ ਜਿਹੀ ਹੈ। ਕੰਮ ਤਾਂ ਨਿਬੜ ਗਿਆ, ਇਹ ਵੀ ਪਤਾ ਨਹੀਂ ਕਿੱਧਰ ਲੰਘ ਗਏ। ਲੈ ਦੱਸ, ਮੈਨੂੰ ਕਹਿੰਦੇ ਚੂਰੀ ਕੁੱਟ ਦੇ, ਮੈਂ ਖਾਊਂ,
ਫਿਰ ਬਿਨਾਂ ਦੱਸੇ ਪੁੱਛੇ ਬਾਹਰ ਵੀ ਲੰਘ ਜਾਂਦੇ ਨੇ ਵੀ ਦੱਸ ਕੇ ਤਾਂ ਵਗ ਜਾਓ ਵੀ ਤਾਂ ਮੇਰਾ ਵੀ ਮਨ ਖਰਾਬ ਹੋ ਜਾਂਦਾ ਇੰਨੇ ਚੌਂ ਨਾਲ ਚੀਜ਼ ਬਣਾਉਂਦੀ ਹਾਂ ਐਂ ਥੋੜ੍ਹਾ ਵੀ ਉਹਦੀ ਖਾ ਲੈਣਗੇ ਇਹ ਕੌਣ ਆ ਗਿਆ ਦੇਖਾਂ ਜਾ ਕੇ ਜੱਸੇ ਹਾਂਜੀ ਕੌਣ ਉਹ ਭਰਜਾਈ ਜੱਸਾ ਕਿੱਥੇ ਹੈ ਉਹ ਤਾਂ ਜੀ ਇੱਧਰ ਬਾਹਰ ਨੂੰ ਹੀ ਗਏ ਨੇਗੇ ਦੱਸ ਕੇ ਨਹੀਂ ਗਏ ਹੈਗੇ ਵੀ ਕਿੱਥੇ ਗਏ ਨੇ ਕਮਾਲ ਦੀ ਗੱਲ ਹੈ ਨਵਾਂ ਨਵਾਂ ਵਿਆਹ ਹੋਇਆ ਇੰਨੀ ਸੋਹਣੀ ਜਨਾਨੀ ਹੈ ਅਤੇ ਸਾਲਾ ਝੱਡੂ ਬਿਨਾਂ ਦੱਸੀ ਲੰਘ ਗਿਆ ਹੈ ਉਹ ਭਰਜਾਈ ਮਾੜਾ ਜਿਹਾ ਟਾਇਟ ਰੱਖਿਆ ਕਰ ਹੱਥ ਐਵੇਂ ਨਾ ਖੁੱਲ੍ਹਾ ਛੱਡਿਆ ਕਰ ਬੰਦੇ ਨੂੰ ਨਹੀਂ ਨਹੀਂ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਕੋਈ ਕੰਮ ਹੋਣਾ ਤਾਂ ਗਏ ਹੋਣਗੇ ਐਂ ਤਾਂ ਮੈਨੂੰ ਦੱਸ ਕੇ ਜਾਂਦੇ ਨੇਗੇ ਨਾਲੇ ਊਂ ਤਾਂ ਛੇਤੀ ਜਾਂਦੇ ਵੀ ਨਹੀਂ ਉਹ ਬਾਹਰ ਕੋਈ ਜ਼ਰੂਰੀ ਕੰਮ ਹੋਣਾ ਤਾਂ ਗਏ ਹੋਣਗੇ ਤੁਸੀਂ ਦੱਸੋ ਤੁਸੀਂ ਕੌਣ ਨਾਲੇ ਕੀ ਕੰਮ ਆਏ ਤੇ ਮੈਂ ਤਾਂ ਉਹਦਾ ਮਿੱਤਰ ਹਾਂ ਅੱਛਾ ਅੱਛਾ ਫਿਰ ਬਹਿ ਜਾਓ ਅੰਦਰ ਪਾਣੀ ਤਾਣੀ ਪੀ ਲਓ ਇੰਨੇ ਆ ਜਾਣਗੇ ਆ ਬਿਠਾ ਲੈ ਭਰਜਾਈ ਆ ਜਾਓ ਅੰਦਰ ਬੈਠ ਜਾਓ ਇੰਨੇ ਆ ਜਾਂਦੇ ਨੇ ਉਹ ਆ ਜਾ ਆ ਜਾ ਆ ਜਾ ਪਾਣੀ ਫੜਾ ਦਾ ਇਹ ਵੀ ਆ ਗਏ ਚੱਲ ਵਧੀਆ ਹੋਇਆ ਆ ਗਏ ਮੈਨੂੰ ਤਾਂ ਔਖਾ ਜਿਹਾ ਲੱਗ ਰਿਹਾ ਸੀਗਾ ਆ ਗਏ ਜੀ ਤੁਸੀਂ ਕਿੱਧਰ ਲੰਘੇ ਸੀ ਦੱਸ ਕੇ ਤਾਂ ਵਗ ਜਾਇਆ ਕਰੋ ਉਹ ਕੀ ਦੱਸ ਕੇ ਬਾਈ ਜੀ ਯਾਰ ਮਾੜਾ ਜਿਹਾ ਦੁਕਾਨ ਤੇ ਜਾ ਕੇ ਆਇਆ ਮੈਂ ਅੱਛਾ ਉਹ ਤਾਂ ਗੱਲ ਛੱਡੂ ਅੰਦਰ ਕੋਈ ਆਇਆ ਬੈਠਾ ਕੋਈ ਆਇਆ ਬੈਠਾ ਕੌਣ ਹੈ ਤੁਹਾਡਾ ਦੋਸਤ ਹੈ ਜੀ ਮੇਰਾ ਦੋਸਤ ਓਏ ਤੂੰ ਆਏ ਕਿਉਂ ਕਿਸੇ ਨੂੰ ਅੰਦਰ ਬਾੜ ਲੈਣੀ ਹੈ ਮਾੜਾ ਮੋਟਾ ਪੁੱਛ ਤਾਂ ਲੈਂਦੀ ਕੌਣ ਹੈ ਕਿਵੇਂ ਹੈ ਕਿੱਥੋਂ ਆਇਆ ਮੈਂ ਕਿਹਨੂੰ ਪੁੱਛਦੀ ਅਗਲਾ ਸਿੱਧੀ ਅੰਦਰ ਆ ਗਿਆ ਕਹਿੰਦਾ ਮੈਂ ਦੋਸਤ ਆਗਾ ਤੁਹਾਡਾ ਦੋਸਤ ਕਹਿ ਰਿਹਾ ਆਪਦੇ ਆਪ ਨੂੰ ਬਾਕੀ ਆ ਲੈ ਜਾਓ ਪਾਣੀ ਤੇ ਪੁੱਛ ਲਓ ਕੌਣ ਹੈ ਮੈਂ ਨਹੀਂ ਜਾਂਦੀ ਹੈਗੀ ਮੈਨੂੰ ਤਾਂ ਪਹਿਲੀ ਔਖਾ ਜਿਹਾ ਲੱਗ ਰਿਹਾ ਸੀਗਾ ਤੂੰ ਅੱਛਾ ਨੂੰ ਪਾਣੀ ਦੇਣ ਗਈ ਸੀ ਨਹੀਂ ਮੈਂ ਤਾਂ ਅੰਦਰ ਬਿਠਿਆ ਤੇ ਮੈਂ ਪਾਣੀ ਫੜਾਉਣ ਨਹੀਂ ਜਾ ਰਹੀ ਤੇ ਫਿਰ ਅਗਲਾ ਕਹੂਗਾ ਉਹਦੇ ਨੂੰ ਪਾਣੀ ਵੀ ਨਹੀਂ ਪੁੱਛਿਆ ਕਹੀ ਜੀ ਇਹ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰਾਉਂਗੇ ਫਿਰ ਜੇ ਨਾ ਪਾਣੀ ਤਾਂ ਨਹੀਂ ਪੁੱਛਿਆ ਫਿਰ ਮੈਨੂੰ ਕਹੋਗੇ ਚੱਲ ਇਹ ਤਾਂ ਗੱਲ ਵਧੀਆ ਕਰੀ ਪਰ ਐਂ ਕਰ ਲਿਆ ਕਰ ਪਹਿਲਾਂ ਪੁੱਛ ਲਿਆ ਕਰ ਵੀ ਕੌਣ ਹੈ ਭਾਈ ਤੂੰ ਠੀਕ ਹੈ ਮੈਂ ਪੁੱਛਿਆ ਕਿਉਂਕਿ ਮੈਂ ਜੱਸੇ ਦਾ ਦੋਸਤ ਹਾਂ ਓਏ ਨਿੰਮੂ ਹੋਰ ਤਾਂ ਕੋਈ ਚੱਕਰ ਨਹੀਂ ਬਸ ਮੈਨੂੰ ਥੋੜ੍ਹੀ ਜਿਹੀ ਟੈਨਸ਼ਨ ਰਹਿੰਦੀ ਹੈ ਵੀ ਮੈਂ ਤਾਂ ਗੱਡੀ 'ਤੇ ਵੱਗ ਜਾਣਾ ਪਿੱਛੋਂ ਕੋਈ ਆ ਜੇ ਸਮਝਦੇ ਹਾਂ ਚੱਲ ਫੜਾ ਮੈਂ ਲੈ ਕੇ ਤਾਂ ਕੋਈ ਆਇਆ ਨਹੀਂ ਜੀ ਜੇ ਕੋਈ ਜਾਣਦਾ ਹੁੰਦਾ ਫੇਰ ਹੀ ਆਉਂਦਾ ਗਾ ਐਂ ਤਾਂ ਤੁਹਾਨੂੰ ਪਤਾ ਵੀ ਮੈਂ ਆਪੇ ਨਹੀਂ ਕਿਸੇ ਨੂੰ ਬੁਲਾ ਤੁਸੀਂ ਪਾਣੀ ਫੜਾ ਦਿਓ ਅਗਲਾ ਕੱਦਾ ਬੈਠਾ ਹੈਗਾ ਚੱਲ ਮੈਂ ਚੱਲਦਾ ਦੇਖਣਾ ਕਿਹੜਾ ਆ ਗਿਆ ਆਪ ਤਾਂ ਘਰੇ ਰਹਿੰਦੇ ਨਹੀਂ ਹੈਗੇ ਉੱਤੋਂ ਮੈਨੂੰ ਬੋਲਣ ਲੱਗ ਕੇ ਦੱਸਾਂ ਹੁਣ ਮੈਨੂੰ ਕੀ ਪਤਾ ਅਗਲਾ ਸਿੱਧਾ ਘਰੇ ਆ ਗਿਆ ਮੈਂ ਬਿਠਿਆ ਲਿਆ ਕੱਲ੍ਹ ਨੂੰ ਮੇਰਾ ਦੋਸ਼ ਕੱਢ ਦਿੰਦੇ ਵੀ ਹਾਂ ਤੂੰ ਆਏ ਗਏ ਨੂੰ ਬੁਲਾਉਂਦੀ ਨਹੀਂ ਹੈਗੀ ਕਮਾਲ ਦੀ ਗੱਲ ਲੈ ਇਹ ਤਾਂ ਪੂਰਾ ਇਹ ਅੱਜ ਕਿਵੇਂ ਆ ਗਿਆ ਇੱਧਰ ਲਾ ਬਾਈ ਪੂਰੇ ਪਾਣੀ ਪੀ ਲੈ ਉਹ ਤੂੰ ਜੱਸੇ ਉਹ ਮੈਨੂੰ ਤਾਂ ਐਂ ਤੀ ਵੀ ਭਰਜਾਈ ਦੇ ਹੱਥਾਂ ਪਾਣੀ ਪੀ ਕੇ ਆਵਾਂਗੇ ਉਹਦਾ ਉਦੰਦਰਾ ਤੂੰ ਹੀ ਲੈ ਆਇਆ ਚੱਲ ਤੇਰੇ ਹੱਥ ਦਾ ਸਹੀ ਤੂੰ ਵੀ ਬਤੰਦਰਾ ਬਾਹਲਾ ਮਜ਼ਾਕੀ ਹੈ ਉਹ ਮਜ਼ਾਕ ਨੂੰ ਤੈਨੂੰ ਕੀ ਮਜ਼ਾਕ ਕਰਤਾ ਮੈਂ ਨਾ ਐਂ ਦੱਸ ਓਏ ਜੇ ਮੇਰੇ ਹੱਥ ਦਾ ਪਾਣੀ ਪੀ ਲਿਆ ਫਿਰ ਕਿਹੜੇ ਚੋਂ ਮਿਠਾਸ ਘੱਟ ਗਈ ਵੀ ਭਰਜਾਈ ਵਾਲਾ ਜ਼ਿਆਦਾ ਮਿੱਠਾ ਲੱਗਦਾ ਤੈਨੂੰ ਉਹ ਤੇਰੇ ਹੱਥ ਦਾ ਬਥੇਰਾ ਪੀ ਲਿਆ ਹੁਣ ਨਵੀਂ ਨਵੀਂ ਭਰਜਾਈ ਆਈ ਹੈ ਕੀ ਪਤਾ ਸਵਾਦ ਵੱਖਰਾ ਹੀ ਹੋਵੇ ਉਹ ਰਹਿਣ ਦੇ ਰਹਿਣ ਦੇ ਹੋਰ ਸੁਣਾ ਅੱਜ ਤੂੰ ਕਿਵੇਂ ਆਇਆ ਉਹ ਕਿਵੇਂ ਕੀ ਮੈਂ ਤਾਂ ਮੇਰੀ ਗੱਲ ਸੁਣੋ ਏ ਹਾਂ ਪਤੰਦਰਾ ਤੂੰ ਵਿਆਹ ਕਰਵਾ ਲਿਆ ਪਾਰਟੀ ਪੂਰਟੀ ਦਿੱਤੀ ਨਹੀਂ ਹੈਗੀ ਹੈ ਉਹ ਲੈ ਮੈਂ ਕਿਹੜਾ ਤੇਥੋਂ ਬਾਹਰ ਹਾਂ ਯਾਰ ਵਿਆਹ ਤੈਨੂੰ ਪਤਾ ਕਿਹੜੇ ਹਾਲਾਤਾਂ 'ਚ ਹੋ ਗਿਆ ਪਾਰਟੀ ਵਾਲੀ ਗੱਲ ਕੀ ਕਰਦਾ ਦੱਸ ਕੀ ਖਾਣਾ ਪੀਣਾ ਕਰਾ ਦਾ ਮੂੰਹ ਮਿੱਠਾ ਮੂੰਹ ਮਿੱਠਾ ਹੀ ਕਰਨ ਆਇਆ ਤੀ ਮੈਂ ਤਾਂ ਕਰ ਹੋਇਆ ਨਹੀਂ
ਕੋਈ ਨਾ ਪਾਰਟੀ ਚੱਲ ਫੇਰ ਦੇਖਾਂਗੇ ਕੀ ਬਾਜ਼ਾਰ ਤੇ ਆਈਆਂ ਮਰੀਆਂ ਉਹ ਕੁਛ ਨਹੀਂ ਕੁਛ ਨਹੀਂ ਮੈਂ ਤਾਂ ਯਾਰ ਹੋਰ ਕੰਮ ਆਇਆ ਸੀ ਆਪਾਂ ਤਾਂ ਹੋਰੇ ਗੱਲਾਂ 'ਚ ਪੈ ਗਏ ਉਹ ਯਾਰ ਤੂੰ ਜ਼ਮੀਨ ਨਹੀਂ ਦਿੱਤੀ ਮੈਨੂੰ ਠੇਕੇ 'ਤੇ ਯਾਰ ਕਮਾਲ ਕਰ ਗਿਆ ਤੂੰ ਹੈ ਓਏ ਜਦੋਂ ਤੇਰਾ ਫੋਨ ਆਇਆ ਸੀ ਨਾ ਉਦੋਂ ਮੈਂ ਗੁਹਾਟੀ ਸੀ ਤਾਂ ਕਰਕੇ ਵਧੀਆ ਤਰੀਕੇ ਨਾਲ ਗੱਲ ਨਹੀਂ ਹੋਈ ਨਾਲੇ ਤੈਨੂੰ ਪਤਾ ਤਾਂ ਹੈਗਾ ਪੂਰੇ ਯਾਰ ਕਿ ਜਿਹੜੀ ਆਪਣੀ ਜ਼ਮੀਨ ਹੈ ਉਹ ਹੁੰਦੀ ਹੈ ਇਹਦੇ ਕੋਲ ਕੈਲੇ ਕੋਲ ਉਹੀ ਵਾਹੁੰਦੇ ਵੀਰਦੇ ਆਉਂਦੇ ਨੇ ਉਹੀ ਠੇਕਾ ਠੁੱਕਾ ਦਿੰਦੇ ਨੇ ਮੈਨੂੰ ਤਾਂ ਕਿਸੇ ਚੀਜ਼ ਦੀ ਸੋਚ ਫਿਕਰ ਰਹਿੰਦੀ ਨਹੀਂ ਤਾਂ ਕਰਕੇ ਉਹਨਾਂ ਨੂੰ ਇਹ ਕਿਹਾ ਹੋਇਆ ਭਾਈ ਵੀ ਜੇ ਮੈਂ ਤੁਹਾਨੂੰ ਠੀਕ ਲੱਗ ਰਿਹਾ ਪਿੰਡ ਦਾ ਰੇਟ ਹੁੰਦਾ ਉਵੇਂ ਕਰ ਲਿਆ ਕਰੋ ਮੇਰੇ ਪੈਸੇ ਮਾੜੇ ਲਾ ਦਿੰਦੇ ਨੂੰ ਜਾਂ ਮੈਂ ਬੰਦਾ ਠੀਕ ਨਹੀਂ ਹੈਗਾ ਓਏ ਨਾ ਨਾ ਬਾਈ ਆਹ ਕੀ ਗੱਲ ਕਰਦਾ ਨਾਲੇ ਪੈਸੇ ਤਾਂ ਸਾਰਿਆਂ ਦੇ ਚੰਗੇ ਹੀ ਹੁੰਦੇ ਨੇ ਤੂੰ ਵੀ ਹੱਡ ਮੇਲ ਵੇਲ ਵੇਲ ਕੇ ਖੇਤੀ ਪੱਤੀ ਕਰਕੇ ਪੈਸੇ ਕਮਾਉਣਾ ਅਤੇ ਉਹ ਵੀ ਉਹ ਬਸ ਐਂ ਹੈ ਵੀ ਚੱਲ ਲਗਾਤਾਰ ਚੱਲੀ ਜਾਂਦਾ ਯਾਰ ਕਦੇ ਕੋਈ ਦਿੱਕਤ ਨਹੀਂ ਆਈ ਚਾਰ ਪੈਸੇ ਹੁੰਦੇ ਨੇ ਉਹ ਟਾਈਮ ਨਾਲ ਦੇ ਜਾਂਦੇ ਨੇ ਤਾਂ ਕਰਕੇ ਕਦੇ ਸੋਚੀ ਨਹੀਂ ਗਏ ਮੈਨੂੰ ਤਾਂ ਪੂਰਾ ਗੁੱਸਾ ਇਸ ਗੱਲ ਦਾ ਯਾਰ ਹੋ ਲੈ ਚੰਗੀ ਨਹੀਂ ਕਰੀ ਤੂੰ ਗੁੱਸਾ ਕਿਉਂ ਹੁੰਦਾ ਬਈ ਕੋਈ ਗੱਲ ਨਹੀਂ ਆ ਇੱਕ ਸਾਲ ਹੋਰ ਖੜ੍ਹ ਜਾ ਅਗਲੇ ਸਾਲ ਤੇਰੀ ਪੱਕਾ ਹੋ ਗਈ ਉਸ ਸਾਲ ਕਿਹੜਾ ਛੇਤੀ ਆਜੂਗਾ ਚੱਲ ਚੰਗਾ ਯਾਰ ਮੈਂ ਤਾਂ ਚੱਲਦਾ ਉਹ ਨਾ ਨਾ ਤੇਰੇ ਭਰਜਾਈ ਦੀ ਹੱਥ ਦੀ ਚਾਹ ਤਾਂ ਪੀ ਕੇ ਜਾਈ ਰਹਿਣ ਦੇ ਯਾਰ ਚਾਹ ਨੂੰ ਜਦੋਂ ਪਾਣੀ ਨਹੀਂ ਪਿਆ ਬੜੀਆਂ ਚਾਹ ਪਿਆਏਗਾ ਤੂੰ ਹੁਣ ਯਾਰ ਲੈ ਆਹ ਕੋਈ ਗੱਲ ਬਣੀ ਹੋਈ ਜ਼ਮੀਨ ਜ਼ਮੀਨ ਤੈਨੂੰ ਕਿਵੇਂ ਦੇ ਦਾਂ ਮੈਂ ਲੋਕਾਂ ਦੀ ਤਾਂ ਵੱਟਾਂ ਬੜਾ ਵੜ ਕੇ ਤੁਸੀਂ ਅੱਧਾ ਪਿੰਡ ਨਾਲ ਬੈਰ ਪਵਾ ਰੱਖਿਆ ਦੇ ਦਾਂ ਇਹਨੂੰ ਐਂ ਜ਼ਮੀਨ ਟੁੱਟਿਆ ਪਿਆ ਸਰੀਰ ਜ਼ਮੀਨ ਉਹ ਕਿਵੇਂ ਆ ਮਗਰਾ ਠੀਕ ਆ ਬਸ ਤੂੰ ਸੁਣਾ ਵਧੀਆ ਕਿਵੇਂ ਸੁਸਤ ਜਿਹਾ ਬੈਠਾ ਬਸ ਕਿਹੜੀਆਂ ਸੁਸਤੀਆਂ ਨੇ ਯਾਰ ਕੀ ਗੱਲ ਹੋ ਗਈ ਸੋਜੀ ਚ ਬਰਾ ਤੂੰ ਕਿੱਧਰ ਫਿਰਦਾ ਤਾਂ ਫਿਰਦੇ ਫਿਰੇ ਉਹ ਮੈਂ ਤਾਂ ਉਧਰੋਂ ਆਇਆ ਸੀ ਜੱਸੇ ਡਰਾਈਵਰ ਕਿਉਂ ਜੱਸੇ ਡਰਾਈਵਰ ਕਿਉਂ ਹਾਂ ਹਾਂ ਕੀ ਗੱਲ ਹੋਏ ਤੂੰ ਬੜਾ ਖੁਸ਼ ਹੋ ਗਿਆ ਖੁਸ਼ ਤਾਂ ਹੋਣੀ ਆ ਬਸ ਕੀ ਗੱਲ ਉਹ ਚੱਲ ਤੂੰ ਤਾਂ ਮੇਰਾ ਪੁਰਾਣਾ ਯਾਰ ਹੈ ਫਿਰ ਵੀ ਤੈਨੂੰ ਤਾਂ ਦੱਸੇ ਦਿਨਾਂ ਤੇਰੇ ਨਾਲ ਤਾਂ ਘਰ ਦੀ ਗੱਲ ਹੈ ਮੇਰੇ ਦੱਸ ਦੱਸ ਉਹ ਬਹੂ ਬਹੁਤ ਸੋਹਣੀ ਆ ਉਹ ਜੱਸੇ ਦੀ ਦੇਖੀਏ ਤਾਂ ਇਹ ਤਾਂ ਗੱਲ ਤੇਰੀ ਸਹੀ ਆ ਬਾਲੀ ਸੋਹਣੀ ਆ ਕਿਉਂ ਦਿੰਦੀ ਆ ਭਾ ਭਾ ਭੂ ਤਾਂ ਕਿਹੜਾ ਦਿੰਦੀ ਹੈ ਫਿਰ ਉਹ ਗਿਆ ਦੀ ਸਾਲਾ ਇੱਧਰੋਂ ਜੱਸਾ ਆ ਗਿਆ ਕੰਮ ਕੱਚਾ ਰਹਿ ਗਿਆ ਵੀਰੇ ਕੰਮ ਆਈ ਰਹਿ ਰੂ ਗਿਆ ਵਿੱਚ ਹੀ ਤੇਰੇ ਲੱਛਣ ਜੇ ਕੁਝ ਠੀਕ ਨਹੀਂ ਲੱਗਦੇ ਤੂੰ ਕਿਵੇਂ ਕਹੀ ਜਾਂਦਾ ਭਰਜਾਈ ਭਰਜਾਈ ਬੜਾ ਧਿਆਨ ਜਿਹਾ ਰੱਖਦਾ ਵਾ ਉਹ ਤੈਨੂੰ ਪਤੀ ਹੋਇਆ ਆਪਣੀ ਤਾਂ ਇੱਕੋ ਗੱਲ ਤਾਂ ਹੈਗੀ ਹੈ ਇਕੱਠੀ ਤਾਂ ਖਾਂਦੇ ਪੀਂਦੇ ਆਪਾਂ ਇੱਕੋ ਥਾਲੀ 'ਚ ਤੂੰ ਪੂਰੀ ਗੱਲ ਦੱਸ ਓਹਲਾ ਨਾ ਰੱਖ ਮੇਰੇ ਤੋਂ ਗੱਲ ਦਾ ਓਹਲਾ ਤਾਂ ਕਾਹਦਾ ਮੈਂ ਤਾਂ ਐਂ ਕਹਿੰਦਾ ਦੀ ਮਹਾਂ ਯਾਰ ਜੇ ਜੱਸੇ ਵਾਲੀ ਨਾਲ ਮੇਰੀ ਮਾੜੀ ਜਿਹੀ ਇਕੱਠ ਮੁਰੰਮਤ ਜੀ ਉਹ ਕਰਾ ਦਿੰਦਾ ਤੂੰ ਕੋਈ ਸਕੀਮ ਸਕੂਮ ਦੇ ਦਿੰਦਾ ਮੈਨੂੰ ਪਹਿਲਾਂ ਬਥੇਰੀਆਂ ਸਕੀਮਾਂ ਲਾਈਆਂ ਨੇ ਆਪਾਂ ਨੇ ਓਏ ਪਹਿਲਾਂ ਵਾਲਾ ਜਵਾਨਾ ਗਿਆ ਹੁਣ ਉਹ ਜਵਾਨਾ ਨਹੀਂ ਰਿਹਾ ਹੈਗਾ ਹੁਣ ਸਲਾਹਾਂ ਨਾਲ ਜਾਂ ਐਂ ਚੱਲਦਾ ਕੰਮ ਹੁਣ ਤਾਂ ਧੱਕਾ ਚੱਲਦਾ ਧੱਕਾ ਤਾਂ ਮੈਂ ਕਰ ਲਾਂ ਕੀ ਪਤਾ ਵਾ ਯਾਰ ਸੁਭਾਅ ਇਹਦਾ ਨਹੀਂ ਪਤਾ ਹੈਗਾ ਜੱਸੇ ਦੀ ਬਹੂ ਦਾ ਵੀ ਕਿਵੇਂ ਇਹਦੀ ਹੈ ਉਹ ਸੁਭਾਅ ਨੂੰ ਕੀ ਹੁੰਦਾ ਹੈ ਉਹ ਕਹਿੰਦੇ ਨਹੀਂ ਹੁੰਦੇ ਜਿਹਦੀ ਲਾਠੀ ਉਸੇ ਦੀ ਮੈਸ ਮੈਸ ਗੱਲ ਤਾਂ ਤੇਰੀ ਸਹੀ ਆ ਓਏ ਸਹੀ ਹੈ ਨਾ ਹਾਂ ਹਾਂ ਚੱਕਦੇ ਫੱਟੇ ਉਹਨੂੰ ਘਬਰਾਉਂਦਾ ਪਿੱਛੇ ਤੇਰੇ ਮੈਂ ਖੜਾ ਨਾਲੇ ਮੇਰਾ ਵੀ ਉਹ ਯਾਰ ਯੂਰ ਕਾਹਦਾ
ਉੱਤੋਂ ਉੱਤੋਂ ਯਾਰੀ ਰੱਖਦਾ ਉਹ, ਅੰਦਰੋਂ ਤਾਂ ਖਾਰ ਰੱਖਦਾ ਉਹ। ਅੱਛਾ ਸਾਲਾ ਹਰ ਵਾਰ ਮੈਨੂੰ ਹਾਂ ਕਰਕੇ ਜ਼ਮੀਨ ਉਹਨਾਂ ਨੂੰ ਦੇ ਦਿੰਦਾ ਠੇਕੇ ਤੇ। ਆ ਨਾਲੇ ਤੂੰ ਕਹਿਣਾ ਤੇ ਮੈਂ ਲਊਂਗਾ ਜ਼ਮੀਨ ਠੇਕੇ ਤੇ ਉਹਦੀ, ਫਿਰ ਉਹ ਸਾਲਾ ਦਿੰਦਾ ਹੀ ਨਹੀਂ ਹੈਗਾ, ਅੰਦਰੋਂ ਖਾਰ ਰੱਖਦਾ ਉਹਨਾਂ ਨੂੰ ਦੇ ਦਿੰਦਾ। ਨਾਲੇ ਮੇਰੀ ਗੱਲ ਸੁਣ, ਜੱਸਾ ਕੱਲ ਜਾਂ ਪਰਸੋਂ ਨੂੰ ਜਾਊਗਾ। ਅੱਛਾ ਹਾਂ, ਤੇਰਾ ਕੰਮ ਬਣਿਆ ਪਿਆ, ਚੱਕ ਦੀ ਫੱਟੇ ਡਰੀ ਨਾ। ਠੀਕ ਹੈ ਫਿਰ, ਤੇਰਾ ਤਾਂ ਕੰਮ ਬਣ ਹੀ ਜਾਊਗਾ ਹੁਣ। ਮੈਂ ਮੋੜਦਾ ਗਿੱਲੇ ਨੱਕੇ ਪਾਣੀ ਫਿਰ ਹੁਣ। ਹਾਂ ਹਾਂ ਹੈ ਸਹੀ ਕਹਿੰਦਾ ਤੂੰ, ਮੈਨੂੰ ਵਧੀਆ ਦੱਸ ਗਿਆ, ਨਹੀਂ ਮੈਂ ਤਾਂ ਅਸੀਂ ਡਰ 'ਚ ਬੈਠੇ ਸੀ ਸਾਲਾ ਜੱਸਾ ਘਰੇ ਹੁੰਦਾ, ਕਈ ਵਾਰ ਜਾਵਾਂ ਤਾਂ ਕਿਹੜੇ ਬਹਾਨੇ ਜਾਵਾਂ। ਉਹ ਯਾਰ ਹੀ ਯਾਰਾਂ ਦੇ ਕੰਮ ਆਉਂਦੇ ਨੇ। ਸਹੀ ਗੱਲ ਹੈ, ਲਾਉਣਾ ਕੋਕੇ ਲਾ ਦੀ, ਕੋਕਾ ਕੋਈ ਢਿੱਲਾ ਨਾ ਰਹਿ ਜੇ। ਨਾ ਨਾ ਮੈਂ ਕੋਕਾ ਲਾਉਣਾ, ਫਿਰ ਗੱਡ ਕੀ ਲਾਉਣਾ ਤੈਨੂੰ ਪਰਾਂ ਰਹਿ ਆਪਣਾ। ਫਿਰ ਚੰਗੀ ਤਰ੍ਹਾਂ ਸੱਟ ਮਾਰੀ ਜਿਹੜਾ ਕੋਕਾ ਮੁੜ ਕੇ ਨਿਕਲੇ। ਕੋਕਾ ਬੱਚੇ ਟਪਾ ਦੂ ਦੇਖ ਲੈ ਯਾਰ, ਕੰਧ ਦੇ ਮੈਂ ਗੱਲਾਂ ਕਿਹੜੀਆਂ ਕਰਦਾ। ਹਾਂ ਨਾਲੇ ਮੇਰਾ ਕੰਮ ਹੋ ਜੂ, ਨਾਲੇ ਤੇਰਾ ਕੰਮ ਹੋ ਜੂ। ਓਏ ਵੰਡ ਕੇ ਖਾਵਾਂਗੇ, ਕਿਉਂ ਘਬਰਾਉਣਾ ਤੂੰ। ਹਾਂ ਸਹੀ ਗੱਲ ਹੈ, ਮੈਨੂੰ ਪੈਰ ਤਰੋ ਜਾਂ ਕਰਨ ਦੇ ਗਿਰਾਂ ਬਸ। ਮੈਂ ਜਾਣਾ ਮੇਰਾ ਕੰਮ ਜਾਣੇ ਅੱਗੇ, ਇੱਕ ਵਾਰ ਲੱਤ ਥੱਲੋਂ ਕੱਢ ਦੇ, ਬਾਕੀ ਤਾਂ ਸਾਲਾ ਚੱਲਦਾ ਹੀ ਰਹੂਗਾ ਕੰਮ। ਸਹੀ ਗੱਲ ਹੈ ਤੇਰੀ, ਠੀਕ ਹੈ ਨਾ। ਹਾਂ ਹਾਂ ਚੱਲ, ਚੰਗਾ ਮੈਂ ਚੱਲਦਾ। ਹਾਂ ਚੱਲ ਠੀਕ ਹੈ, ਕੰਮ ਕਰ ਲਈਏ। ਹਾਂ ਕੋਈ ਨਹੀਂ ਕੋਈ ਨਹੀਂ, ਦੋ ਦਿਨ ਨੇ ਤੇਰੇ ਕੋਲ। ਠੀਕ ਹੈ, ਥੱਕ ਲਾਉਣਾ, ਪਾਣੀ ਵੀ ਰਿੱਝਦਾ ਹੋ ਜਾਂਦਾ ਟੂਟੀਆਂ ਨੂੰ। ਹਾਏ ਹਾਏ ਹੱਥ ਫੂਕਤੇ। ਆ ਕੀ ਹੋ ਗਿਆ, ਤਿਆਰੀ ਵੀ ਕਰ ਲਈ ਜਾਣ ਦੀ? ਫਿਰ ਜਾਣੀ ਆ ਹੁਣ, ਕੀ ਕਰਾਂ। ਮੈਂ ਤਾਂ ਕਹਿੰਦੀ ਸੀ ਰਹਿੰਦੇ ਹਜੇ ਨਾ ਜਾਓ, ਮੇਰਾ ਜੀ ਨਹੀਂ ਲੱਗਦਾ ਹੈਗਾ ਤੁਹਾਡੇ ਬਿਨਾ। ਜੀ ਤਾਂ ਮੇਰਾ ਵੀ ਨਹੀਂ ਲੱਗਦਾ ਗੱਡੀ ਦੇ ਤੇਰੇ ਬਿਨਾ, ਪਰ ਕਰਾਂ ਵੀ ਕਿਦਾਂ, ਕੀ ਕਰਾਂ। ਫਿਰ ਮੈਂ ਉਹੀ ਤਾਂ ਕਹਿੰਦੀ ਹਾਂ ਵੀ ਛੱਡੋ ਪਰਾਂ ਇਹ ਕੰਮ, ਕੋਈ ਹੋਰ ਕੰਮ ਕਰ ਲਓ ਤੁਸੀਂ। ਕਿੱਥੇ ਕਰ ਲਾਂ, ਮੈਨੂੰ ਹੋਰ ਕੁਛ ਆਉਂਦੀ ਨਹੀਂ, ਕੀ ਕਰਾਂ ਤੂੰ ਦੱਸ, ਉਹੀ ਕਰ ਲੂੰ ਮੈਂ। ਇਹ ਵੀ ਗੱਲ ਆ, ਆਪਣੇ ਲਵੇ ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਹੈਗੀ ਆ ਉਹਦੇ ਸਿਰ 'ਤੇ ਆਪਾਂ ਰੋਟੀ ਖਾ ਲਾਂਗੇ, ਛੱਡੋ ਪਰਾਂ ਕਿਉਂ ਟੱਕਰਾਂ ਮਾਰ ਦਿਓਗੇ। ਨਾਲੇ ਜਦੋਂ ਬਾਹਰ ਜਾਂਦੇ ਹੋਗੇ ਮੈਨੂੰ ਟੈਨਸ਼ਨ ਬੜਬੜ ਖਾਈ ਜਾਂਦੀ ਹੈ, ਮੈਨੂੰ ਸੋਚ ਹੀ ਰਹਿੰਦੀ ਹੈਗੀ ਤੁਹਾਡੀ। ਉਹ ਬਸ ਯਾਰ ਇੰਨੀ ਸੋਚ ਨਾ ਕਰਿਆ ਕਰ ਤੂੰ, ਫਿਰ ਉਵੇਂ ਮੇਰਾ ਵੀ ਚਿੱਤ ਕਾਲੇ ਜਿਹਾ ਪਈ ਜਾਂਦਾ ਹੁੰਦਾ। ਨਾਲੇ ਪਹਿਲਾਂ ਵੀ ਤਾਂ ਮੈਂ ਜਾਂਦੀ ਰਿਹਾ, ਹੁਣ ਤੱਕ ਇੰਨੇ ਸਾਲ ਡਰਾਈਵਰੀ ਉਹ ਕਰੀ ਹੈ, ਹੋਰ ਕੀ ਕਰਿਆ ਮੈਂ, ਅਤੇ ਹੁਣ ਕਰ ਲੂੰਗਾ। ਮੇਰੀ ਗੱਲ ਸੁਣਾ, 5-7 ਸਾਲ ਹੋਰ ਕਰਾਂਗੇ, ਚੱਲ ਇੰਨੇ ਆਪਦਾ ਕੋਈ ਦੇਖ ਲਾਂਗੇ ਕਾਰੋਬਾਰ, ਬਸ ਤੂੰ ਹੁਣ ਮੈਨੂੰ ਜਾਣ ਦੇ। ਮੈਂ ਤਾਂ ਕਹਿੰਦੀ ਤੀ ਰੋਟੀ ਰੋਟੀ ਖਾ ਕੇ ਵਗ ਜਾਂਦੇ, ਨਾਲੇ ਹੁਣ ਇਹ ਕਿਹੜਾ ਤੁਸੀਂ ਜਾਣਾ ਹੈਗਾ, ਘੰਟਾ ਕੁ ਹੋਰ ਬਹਿ ਜਾਂਦੇ ਮੇਰੇ ਕੋਲ, ਆਪਾਂ ਗੱਲਾਂ ਕਰ ਲੈਂਦੇ। ਉਹ ਇਹ ਗੱਲਾਂ ਕਦੇ ਖਤਮ ਹੋਈਆਂ ਨੇ ਕਦੇ ਮੁੱਕੀਆਂ ਨੇ, ਬਲੀਏ ਡਿੱਕਣ ਲੱਗ ਰਹੇ ਨੇ ਮੈਨੂੰ। ਨਾ ਦੋਹੇ ਜੀਆਂ ਦੀਆਂ ਗੱਲਾਂ ਕਦੇ ਮੁੱਕਦੀਆਂ ਹੁੰਦੀਆਂ ਨੇਗੀਆਂ, ਤੁਸੀਂ ਤਾਂ ਗੱਲਾਂ ਮੁਕਾਉਣ ਨੂੰ ਫਿਰੀ ਜਾਂਦੇ ਹੋ, ਤੁਹਾਡਾ ਤਾਂ ਜੀ ਅੱਕ ਗਿਆ ਹੁਣੇ ਤੋਂ ਮੇਰੇ ਤੋਂ, ਬਸ ਰਹਿਣ ਦਿਓ ਬਸ। ਉਹ ਜੀ ਨਹੀਂ ਅੱਕਿਆ ਯਾਰ, ਐਂ ਕਿਉਂ ਕਰਦੀਆਂ, ਜਾਣ ਵਾਲੇ ਨੂੰ ਹੱਸ ਕੇ ਤੋਰਿਆ ਕਰਦੇ ਨੇ, ਜੇ ਆ ਢਿੱਲਾ ਜਿਹਾ ਮੂੰਹ ਕਰਕੇ ਤੋਰੇਗੀ ਨਾ, ਪਰ ਆ ਮੇਰਾ ਵੀ ਚਿੱਤ ਨਹੀਂ ਲੱਗਣਾ, ਮੈਨੂੰ ਵੀ ਬਸ ਤੇਰਾ ਇਹੀ ਮੂੰਹ ਜਿਹਾ ਯਾਦ ਆਈ ਜਾਇਆ ਕਰੂਗਾ। ਮੇਰਾ ਕਿਹੜਾ ਜੀ ਕਰਦਾ ਗਾ ਐਂ ਮੂੰਹ ਕਰਨ ਨੂੰ, ਬਸ ਗੱਲ ਤਾਂ ਉਹੀ ਆ ਨਾ ਵੀ ਇਦੋਂ ਬਾਅਦ ਤਾਂ ਮੇਰਾ ਮੂੰਹ ਹੀ ਰਹੂਗਾ, ਮੇਰਾ ਜੀ ਨਹੀਂ ਲੱਗਣਾ, ਹੁਣ ਇਕੱਲੀ ਐਡੇ ਘਰ 'ਚ ਕਿਵੇਂ ਜੀ ਲਾਵਾਂ, ਐਂ ਵੀ ਦੱਸ ਦਿਓ ਤੁਸੀਂ। ਮੇਰੀ ਗੱਲ ਸੁਣੋ, ਜੇ ਨਹੀਂ ਜੀ ਲੱਗੂਗਾ ਮੇਲੋ ਤਾਈ ਨੂੰ ਬੁਲਾ ਲਈ, ਜੇ ਨਹੀਂ ਜੀ ਲੱਗੂਗਾ 2 ਦਿਨ ਪਿੰਡ ਲਾਇਆ ਜੀ, ਠੀਕ ਹੈ, ਇੰਨੇ ਚੱਲ ਮੈਂ ਮੁੜ ਆਊਂਗਾ, ਤੂੰ ਪਰ ਐਂ ਨਾ ਕਰਿਆ ਕਰ, ਹੱਸ ਕੇ ਤੋਰਿਆ ਕਰ ਮੈਨੂੰ। ਚੱਲ ਠੀਕ ਹੈ, ਹੱਸ ਫਿਰ ਹੁਣ। ਹਾਂ ਆਹ ਬਣੀ ਨਾ ਗੱਲ, ਠੀਕ ਹੈ, ਚੱਲ ਠੀਕ ਹੈ, ਚੰਗਾ ਧਿਆਨ ਰੱਖੀ। ਠੀਕ ਹੈ ਜੀ, ਜਮੀ ਨਹੀਂ ਸੁਣਦੇ ਹੈਗੇ, ਮੈਂ ਵੀ ਕੀ ਕਰਾਂ, ਮੇਰਾ ਜੀ ਨਹੀਂ ਕਰਦਾ ਹੈਗਾ ਰੋਕਣ ਟੋਕਣ ਨੂੰ, ਅੱਗ ਲਾਉਣਾ ਦਿਲ ਨਹੀਂ ਮੰਨਦਾ ਹੈਗਾ, ਚੱਲ ਇਹ ਵੀ ਲਾਉਣਾ ਹੀ ਪਊਗਾ ਔਖੇ ਸੌਖੇ, ਮਨਾ ਕਰ ਵੀ ਕੀ ਸਕਦੇ ਹਾਂ।
ਉਹ ਮੈਂ ਕਰਾ ਦੇਣਾ ਠੀਕ। ਕੱਲੀ ਔਖੀ ਹੋਣ ਲੱਗ ਰਹੀ ਹੈ ਧੁੱਪ 'ਚ। ਤੂੰ ਕੌਣ? ਨਾਲੇ ਆਏ ਬਿਨਾਂ ਦੱਸੇ ਪੁੱਛੇ ਅੰਦਰ ਕਿਵੇਂ ਆ ਗਿਆ? ਓਹੋ, ਆਪਦਾ ਤਾਂ ਘਰ ਹੈ, ਕਿਹੜਾ ਕੋਈ ਬਗਾਨਾ ਹੈ, ਪੁੱਛਣ ਦੀ ਕੀ ਲੋੜ ਹੈ? ਆਪਦਾ ਘਰ ਹੋਰ, ਤੂੰ ਹੈ ਕੌਣ? ਮੈਂ ਤਾਂ ਤੈਨੂੰ ਜਾਣਦੀ ਨਹੀਂ। ਓਹੋ, ਮੈਂ ਜੱਸੇ ਦਾ ਭਾਈ ਹਾਂ। ਉਹਨੇ ਤਾਂ ਮੈਨੂੰ ਦੱਸਿਆ ਨਹੀਂ ਤੇਰੇ ਬਾਰੇ। ਉਹੀ ਡਰੀ ਜਾਂਦੀ, ਉਹ ਮੈਂ ਦੱਸਣ ਵਾਸਤੇ ਆਇਆ। ਹੋਰ ਫਿਰ ਦੂਰ ਰਹਿ ਕੇ ਵੀ ਤਾਂ ਦੱਸ ਸਕਦਾ ਹੈਗਾ, ਆਏ ਨੇੜੇ ਨੇੜੇ ਕਿਉਂ ਆਈ ਜਾਂਦਾ? ਕੋਈ ਨੇੜੇ ਰਹਿਣ ਨਾਲ ਨਜ਼ਦੀਕੀਆਂ ਵੱਧ ਜਾਂਦੀਆਂ ਨੇ। ਤੂੰ ਸਿੱਧਾ ਹੋ ਕੇ ਦੱਸ ਵੀ ਤੂੰ ਹੈ ਕੌਣ? ਉਹ ਮੈਂ ਤਾਂ ਹੀ ਕਹਿਦਾ ਸੀ ਕਿ ਮੈਨੂੰ ਤੂੰ ਬਹੁਤ ਸੋਹਣੀ ਲੱਗਦੀ ਹੈ। ਬਕਵਾਸ ਨਾ ਮਾਰ, ਤੂੰ ਹੈ ਕੌਣ ਪਹਿਲਾਂ ਇਹ ਗੱਲ ਤਾਂ ਦੱਸ ਦੇ। ਉਹ ਮੈਂ ਜੱਸੇ ਦੇ ਸਕਿਆਂ 'ਚੋਂ ਹੀ ਹਾਂ। ਫਿਰ ਉਹਦੇ ਸਕਿਆਂ 'ਚੋਂ ਮੈਂ, ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹੀਆਂ ਹਰਕਤਾਂ ਕਰਦੇ ਨੂੰ? ਉਹ ਸ਼ਰਮ ਵਾਲੀ ਕਿਹੜੀ ਗੱਲ ਹੈ, ਹੁਣ ਜੇ ਦਿਲ ਦੀ ਗੱਲ ਤੈਨੂੰ ਮੈਂ ਦੱਸਤੀ, ਇਹ 'ਚ ਕਿਹੜਾ ਕੋਈ ਮੈਂ ਪਾਪ ਕਰ ਲਿਆ? ਆ ਸੋਡੇ ਵਰਗੇ ਬੇਇੱਜ਼ਤ ਨਾ ਇਹ ਨਹੀਂ ਸੋਚਦੇ ਹੈਗੇ ਵੀ ਹਾਂ ਇਹਦਾ ਬੰਦਾ ਬਾਹਰ ਕੰਮ ਕਰਨ ਜਾਂਦਾ, ਮਜ਼ਬੂਰੀਆਂ ਦਾ ਫਾਇਦਾ ਚੱਕਣ ਨੂੰ ਫਿਰੀ ਜਾਂਦੇ ਹੋਗੇ। ਉਹ ਮੈਂ ਤਾਂ ਐਂ ਕਹਿਣਾ ਭਰਜਾਈ, ਮੈਂ ਤੇਰਾ ਜੀ ਲਵਾ ਦੂੰਗਾ ਮੈਂ। ਮੇਰਾ ਜੀ ਲੱਗਿਆ ਹੋਇਆ? ਛਿੱਤਰ ਨਾ ਖਾ ਲਈ, ਮੈਂ ਤਾਂ ਮੈਂ ਜੁੱਤੀ ਕੱਢ ਲੂੰ, ਚੁੱਪ ਕਰਕੇ ਤੁਰ ਜਾ ਇੱਥੋਂ। ਚੱਲੀ ਦਾ ਜੀ ਨਹੀਂ ਲੱਗਦਾ। ਛੱਡ ਮੈਨੂੰ, ਆ ਕੀ ਕਰਦਾ ਤੂੰ, ਛੱਡ ਦੇ ਮੈਨੂੰ। ਉਹ ਗੱਲ ਤਾਂ ਸੁਣਾ, ਛੱਡ ਕੁੱਤਿਆ ਮੈਨੂੰ। ਲੈ ਯਾਰ, ਹਾਂ ਨਿੰਮੋ ਦੇ ਚੱਕਰਾਂ 'ਚ ਤਾਂ ਮੈਂ ਚਾਬੀ ਭੁੱਲ ਗਿਆ, ਉਈ ਭਕਾਈ ਹੋ ਗਈ ਫਾਲਤੂ ਦੀ, ਕੀ ਕਰਾਂ ਹੂੰ। ਆਇਆ ਮੈਨੂੰ ਦੇਖ ਕੇ ਖੁਸ਼ ਤਾਂ ਹੋਜੂ ਵੀ ਪਤਾ ਨਹੀਂ ਕਿਵੇਂ ਮੁੜਿਆ, ਚੱਲ ਜਾ ਕੇ ਦੇਖਦਾ। ਓਏ ਆਹ ਕੀ ਹਰ ਰੌਲਾ ਜਿਹਾ ਕਿਵੇਂ ਪਈ ਜਾਂਦਾ ਦੇਖਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਕਹਾਣੀ? ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਅਗਲਾ ਭਾਗ ਦੇਖਣ ਲਈ ਨਾ ਸਪੈਸ਼ਲ ਸਾਨੂੰ ਲਿਖਿਓ ਵੀ ਅਸੀਂ ਇਹ ਅਗਲਾ ਭਾਗ ਇਹਦਾ ਲੈ ਕੇ ਆਈਏ, ਕਦੋਂ ਲੈ ਕੇ ਆਈਏ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।